हेलो नमस्ते आदाब सत श्री अकाल दोस्तों, मैं जी थोड़ा सारिया का साहिल विडोलिया। दोस्तों तुसी स्टार्स का स्टारडम का देखा होएगा, पर इत्थे थोनू देखने को मिलता है जी स्टार्स का फॉर्मल अंदाज, जिथे आप गलबात करते हैं म्यूजिक दी फिल्मां दी ते नाल नाल जानते हैं जी स्टार्स दे दिलां दीआं गल्लां। जी हाँ दोस्तों, यह है जी पंजाबी एंटरटेनमेंट इंडस्ट्री का नंबर वन चैट शो, नाम है जिसका PTC शोकेस। दोस्तों मेरे हाथ दे विच हैगी है जी इलायची ते नाल नाल हैगा लौंग। हुण तुसीं भला सोच रहे होवोगे कि इन्होंने PTC शोकेस नूं कुकरी शो दे विच कन्वर्ट तां नहीं कर दिता। मैं कहा जी बिल्कुल टेंशन ना लो, अज आपां गलबात करांगे जी पंजाबी एंटरटेनमेंट इंडस्ट्री की मोस्ट अवेटेड मूवी लौंग इलायची की। जी हाँ दोस्तों, इन्हां दी स्टार कास्ट साडे नाल मौजूद है। हुण क्वेश्चन ये उठता है कि साडे कोल लौंग भी है इलायची भी है, पर एमी वर्क भाजी की ने इन्हों तो ही पुछते हैं जी। स्वागत करते हैं इन्हों का, सत श्रीकाल जी। सत्या जी भाजी, ठीक ठाक चढ़ दी गला जी। PTC के सारे व्यूअर्स का मैं बहुत बहुत थैंक यू करता, रब तुम सारे चढ़ दी गला च रखे। क्या बात है जी। हूँ मैं भाजी थोड़ा भी बहुत बहुत इतने स्वागत करते हैं जी, तो नीरू बाजवा जी थोड़ा भी बहुत बहुत धन्यवाद तुम इतने आए। बट हूँ गलबात इदा कि जिमें मैं कहा कि लौंग भी है, लौंग भाजी ने, अंबर भाजी ने है, लायची है नीरू बाजवा जी। सो एमी वर्क भाजी की ने? एमी वर्क तो मेरा नाम है जी फिल्म अजय पाल सिंह। अच्छा जी, ਭਾਜੀ ਲੌਂਗ ਆ ਅਤੇ ਨੀਰੂ ਜੀ ਲਾਚੀ ਨੇ, ਮੈਂ ਅਜੇ ਪਾ ਸਕਾਂਗੇ। ਅੱਛਾ, ਮਤਲਬ ਕੋਈ ਇਹੋ ਜਿਹਾ ਉਹ ਵਾਲਾ ਦੂਜਾ ਨਾਂ ਨਹੀਂ ਹੈਗਾ ਕਿ ਮਤਲਬ ਮੈਂ ਸੋਚ ਰਹੀ ਕਿ ਜੇ ਲਾਚੀ ਨਾਲ ਅਦਰਕ ਹੁੰਦੀ ਆ ਜਾਂ ਦੁੱਧ ਹੁੰਦਾ ਥੂਮ ਥੂਮ ਲਸਣ ਸੁੰਡ ਕੁਛ ਉਹੋ ਜਿਹਾ ਕੁਛ ਨਹੀਂ ਹੈਗਾ। ਸੋ ਭਾਜੀ ਤੁਹਾਡੇ ਤੋਂ ਹੀ ਮੈਂ ਸ਼ੁਰੂਆਤ ਕਰਦਾ, ਜਿਵੇਂ ਕਿ ਆਪਾਂ ਦੇਖ ਚੁੱਕੇ ਹਾਂ ਤੁਸੀਂ ਡਾਇਰੈਕਸ਼ਨ ਦੇ ਵਿੱਚ ਵੀ ਹੋ, ਹੈ ਰਾਈਟਿੰਗ ਦੇ ਵਿੱਚ ਵੀ ਹੋ, ਹੁਣ ਤੁਸੀਂ ਐਕਟਿੰਗ ਦੇ ਵਿੱਚ ਸਿੱਧਾ ਐਂਟਰੀ ਮਾਰੀ ਹੈ। ਸੋ ਭਾਜੀ ਇਹ ਕਿਸ ਤਰ੍ਹਾਂ ਅੱਗੇ ਅੱਗੇ ਜਿਵੇਂ ਤੁਸੀਂ ਵੱਧਦੇ ਜਾ ਰਹੇ ਹੋ, ਟੈਸਟ ਵੀ ਹੁੰਦੇ ਜਾ ਰਹੇ ਨੇ, ਇਸ ਦੇ ਬਾਰੇ ਦੱਸੋ, ਨਾਲੇ ਇਹੀ ਮੂਵੀ ਤੁਸੀਂ ਕਿਉਂ ਚੂਜ਼ ਕੀਤੀ ਆਪਣੀ ਐਕਟਿੰਗ ਦੇ ਲਈ? ਐਕਚੁਅਲੀ ਨੀਰੂ ਜੀ ਨੂੰ ਇੱਕ ਸਕ੍ਰਿਪਟ ਪਸੰਦ ਸੀਗੀ। ਅੱਛਾ ਜੀ, ਜਿਹੜੀ ਆ ਲੌਂਗ ਲਾਚੀ ਦੀ। ਓਕੇ, ਸੋ ਮੈਂ ਕਿਤੇ ਨਰੇਸ਼ਨ ਦਿੱਤੀ ਸੀ ਥੋੜ੍ਹੇ ਤਰੀਕੇ ਨਾਲ, ਅਤੇ ਮਤਲਬ ਇਹਨਾਂ ਦੀ ਜਿਹੜੀ ਟੀਮ ਮੈਂਬਰ ਆ, ਅਤੇ ਉਹਨਾਂ ਨੂੰ ਲੱਗਿਆ ਕਿ ਜੀ ਤੁਸੀਂ ਆਪ ਹੀ ਲੌਂਗ ਦਾ ਰੋਲ ਕਰ ਲਓ। ਅੱਛਾ, ਅਤੇ ਮੈਨੂੰ ਬੜੀ ਖੁਸ਼ੀ ਹੋਈ। ਦੇਖੋ ਜੀ ਨਾ, ਡਾਇਰੈਕਟਰ ਜਾਂ ਰਾਈਟਰ ਦੱਸੇ ਕਿ ਇਹ ਸਟੋਰੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਐਕਟਰ ਵੱਲੋਂ ਹੀ ਆਫਰ ਮਿਲ ਜਾਏ ਕਿ ਤੁਸੀਂ ਇਹਨੂੰ ਕਰ ਲਓ? ਕਹਿੰਦੇ ਹਾਂਜੀ ਹਾਂ, ਕਹਿੰਦੇ ਠੀਕ ਹੈ। ਮੈਂ ਕਿਹਾ ਜੀ ਨੀਰੂ ਜੀ ਨੂੰ ਤਾਂ ਪੁੱਛ ਲਓ। ਸੋ ਇਹ ਸਰ ਕਿ ਨਹੀਂ, ਹਾਂਜੀ ਉਹਨਾਂ ਨੂੰ ਵੀ ਓਕੇ ਆ। ਓਕੇ, ਸੋ ਦੋ ਦਿਨ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਿੱਦਾਂ ਰਿਐਕਟ ਕਰਾਂ, ਮਤਲਬ ਹਾਂ ਕਰਾਂ ਕਿਉਂਕਿ ਬਹੁਤ ਵੱਡਾ ਇੱਕ ਜੋਬ ਹੈ। ਬਿਲਕੁਲ ਜੀ, ਕਿ ਨਾ ਕਰਾਂ, ਖੁਸ਼ੀ ਵੀ ਸੀਗੀ। ਸੋ ਦੋ ਕੁ ਦਿਨਾਂ ਬਾਅਦ ਮੈਂ ਹੀ ਪੁੱਛ ਲਿਆ, ਮਤਲਬ ਅੱਛਾ ਉਹਨਾਂ ਨੇ ਗੱਲ ਹੀ ਕੀਤੀ ਦੋ ਦਿਨ ਨਾ, ਮੈਨੂੰ ਲੱਗਿਆ ਕਿਤੇ ਭੁੱਲ ਨਹੀਂ ਗਏ। ਠੀਕ ਹੈ, ਮੈਂ ਕਮਾਕ ਮੁਕੀ ਗੱਲ ਕੀਤੀ, ਮੈਂ ਫਿਰ ਕੀ ਕਰੀਏ, ਮੇਲ ਆਰਟਿਸਟ ਕੀ ਕਰੀਏ ਹੁਣ। ਮੈਂ ਮਾਪ ਦੀ ਗੱਲ ਆਪ ਹੀ ਕਰ ਲਈ ਯਾਰ, ਮੇਰਾ ਵੀ ਠੀਕ ਸੀਗਾ। ਸੋ ਇਹਦੇ ਹੀ ਸਰ ਕਿ ਹਾਂਜੀ ਉਹ ਤਾਂ ਹਾਲੇ ਵੀ ਕਹਿ ਰਹੇ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਸੈਲਫ ਐਫਰਟ ਸੀਗਾ, ਉਸ ਤੋਂ ਬਾਅਦ ਦੋ ਦਿਨ ਤੋਂ ਬਾਅਦ ਹਨਾ ਇਹਨਾਂ ਨੇ ਇੱਕ ਆਫਰ ਤਾਂ ਤੁਹਾਨੂੰ ਦੇ ਦਿੱਤੀ ਸੀਗੀ, ਉਸ ਤੋਂ ਬਾਅਦ ਤੁਹਾਡਾ ਸੈਲਫ ਐਫਰਟ ਸੀਗਾ ਕਿ ਫਿਰ ਉਸ ਤੋਂ ਬਾਅਦ ਪੋਜ਼ਿਟਿਵ ਵੇ ਰਿਹਾ। ਬਟ ਨੀਰੂ ਬਾਜਵਾ ਜੀ, ਤੁਹਾਨੂੰ ਸਟੋਰੀ ਬਹੁਤ ਵਧੀਆ ਲੱਗੀ, ਬਟ ਸਭ ਤੋਂ ਪਹਿਲਾਂ ਕੰਪਲੀਮੈਂਟ ਤੁਹਾਡੇ ਲਈ ਕਿ ਤੁਸੀਂ ਵਾਕਈ ਬਹੁਤ ਸੋਹਣੇ ਲੱਗ ਰਹੇ ਹੋ, ਅੱਗੇ ਨਾਲੋਂ ਵੀ ਬਹੁਤ ਸੋਹਣੇ ਲੱਗ ਰਹੇ ਹੋ, ਅਤੇ ਕਿਸੇ ਨੇ ਮਤਲਬ ਸੋਚਿਆ ਨਹੀਂ ਸੀਗਾ ਕਿ ਤੁਸੀਂ ਇੰਨੇ ਵਕਤ ਤੋਂ ਬਾਅਦ ਤੁਸੀਂ ਫਿਰ ਐਂਟਰੀ ਕਰੋਗੇ। ਸੋ ਤੁਸੀਂ ਹੁਣ ਐਂਟਰੀ ਕੀਤੀ, ਬੜੀ ਧਮਾਕੇਦਾਰ ਐਂਟਰੀ ਕੀਤੀ ਔਰ ਬੜੇ ਸੋਹਣੇ ਸਟਾਈਲ ਦੇ ਵਿੱਚ ਕੀਤੀ, ਕਿਉਂ ਅੰਬਰ ਜੀ, ਕਿਉਂ ਅਮੀ ਭਾਅ ਜੀ? ਬਿਲਕੁਲ, ਬਹੁਤ ਬਾਕਮਾਲ ਜੀ, ਕੰਪਲੀਮੈਂਟਸ ਦੋ, ਆਪਾਂ ਚੱਲੀਏ। ਮੈਂ ਨਾ ਕੀ ਰੀਜ਼ਨ ਸੀਗਾ ਤੁਹਾਨੂੰ ਸਟੋਰੀ ਪਸੰਦ ਆਈ? ਐਂਡ ਰੀਜ਼ਨ ਸੀਗਾ ਕਿ ਮੈਂ ਇਹਨਾਂ ਦੇ ਨਾਲ ਕੰਮ ਕਰਨਾ ਸੀ। ਅੱਛਾ, ਇੰਨੀਆਂ ਫਿਲਮਾਂ ਕਰੀ ਜਾ ਰਹੇ ਸੀ, ਮੈਨੂੰ ਕਦੀ ਕੋਈ ਆਫਰ ਹੀ ਨਹੀਂ ਆਈ। ਐਂਡ ਆਈ ਮੀਨ ਹੀ ਇਜ਼ ਬ੍ਰਿਲੀਅੰਟ, ਹੀ ਇਜ਼ ਸੋ ਟੈਲੈਂਟਡ। ਸੋ ਆਹੀ ਸੀਗਾ ਕਿ ਮੈਂ ਇਹਨਾਂ ਦੇ ਨਾਲ ਕੰਮ ਕਰਨਾ ਸੀਗਾ। ਐਂਡ ਮੈਨੂੰ ਤਾਂ ਪਤਾ ਹੀ ਸੀ ਇਹਨਾਂ ਦੀ ਸਟੋਰੀ ਹੋਊਗੀ ਤਾਂ ਇਟਸ ਗੋਇੰਗ ਟੂ ਬੀ ਫੈਬਿਊਲਸ। ਸੋ ਬਸ ਕੌਣ ਬੈਟਰ ਕਰੇਗਾ, ਕੌਣ ਲੱਗੂਗਾ। ਸੋ ਇੱਕ ਆਪਸ਼ਨ ਸੀ ਐਮੀ ਵਿਰਕ। ਸੋ ਐਮੀ ਵਿਰਕ ਨੂੰ ਕਿਹਾ ਕਿ ਕਰ ਲਾ, ਤੇ ਉਹਨੂੰ ਸਕ੍ਰਿਪਟ ਇੰਨੀ ਪਸੰਦ ਹੈ, ਕਹਿੰਦਾ ਜੀ ਪੜੋਸੀ ਮੈਂ ਹੀ ਕਰਨੀ ਹੁਣ। ਕਿਆ ਬਾਤ, ਗ੍ਰੇਟ। ਸੋ ਭਾਜੀ ਜਿਹੜੀ ਪਿਛਲੀ ਫਿਲਮਾਂ ਨੇ ਜਿਵੇਂ ਅੰਗਰੇਜ਼ ਮੂਵੀ, ਉਸ ਦੇ ਵਿੱਚ ਤੁਹਾਡਾ ਡਾਰਕ ਸ਼ੇਡ ਕਰੈਕਟਰ ਸੀਗਾ, ਕੀ ਸੇਮ ਇਹੋ ਜਿਹਾ ਕਰੈਕਟਰ ਇਸ ਮੂਵੀ ਦੇ ਵਿੱਚ ਦੇਖਣ ਨੂੰ ਮਿਲੇਗਾ? ਉਹਦੇ 'ਚ ਥੋੜ੍ਹਾ ਜਿਹਾ ਫਲਰਟੀ ਆ ਸੀਗਾ, ਇਹਦੇ 'ਚ ਥੋੜ੍ਹਾ ਜਿਹਾ ਫਿੱਕਾ ਕਰ ਲਓ, ਉਹਦੇ ਨਾਲ ਮਾੜਾ ਜਿਹਾ ਰੰਗ, ਅੱਛਾ ਸਿਲਵਰ ਜਿਹਾ ਕਰ ਲਓ, ਮਤਲਬ ਥੋੜ੍ਹਾ ਜਿਹਾ ਉਹ ਕਰੈਕਟਰ ਰਹੂਗਾ। ਸੋ ਥੋੜ੍ਹਾ ਜਿਹਾ ਐਕਸਪਲੇਨ ਸਾਨੂੰ ਕਰਕੇ ਦੱਸੋ, ਥੋੜ੍ਹਾ ਜਿਹਾ ਆਪਣੇ ਕਰੈਕਟਰ ਦੇ ਬਾਰੇ ਸਾਨੂੰ ਦੱਸੋ। ਕਰੈਕਟਰ ਮੇਰਾ ਬਹੁਤ ਵਧੀਆ ਜੀ। ਭਾਜੀ ਤੁਸੀਂ ਕੀ ਸੋਚ ਕੇ ਆਏ ਹੋ ਕਿ ਅੱਜ ਬੋਲਣਾ ਹੀ ਨਹੀਂ ਕੁਛ? ਨਹੀਂ, ਮੈਂ ਕਰੈਕਟਰ ਬਹੁਤ ਵਧੀਆ, ਮੈਂ ਤੇ ਆਪਣੇ ਕਰੈਕਟਰ ਬਾਰੇ ਦੱਸਿਆ ਵੀ ਮੈਂ ਕਰੈਕਟਰ ਦਾ ਕਿਹੋ ਜਿਹਾ ਕਰੈਕਟਰ ਆ, ਕਿਵੇਂ ਵਿੱਚ ਕਰੈਕਟਰ ਨਹੀਂ ਮੇਰਾ ਚੰਗਾ ਬਹੁਤ। ਅੱਛਾ, ਵੈਸੇ ਮੇਰਾ ਕਰੈਕਟਰ ਬਹੁਤ ਵਧੀਆ। ਅੱਛਾ, ਵੈਸੇ ਫਿਲਮ ਦੇ ਵਿੱਚ ਨਹੀਂ ਹੈਗਾ, ਵੈਸੇ ਤਾਂ ਸਾਰੇ ਆਪਾਂ ਜਾਣਦੇ ਹਾਂ ਅਮੀ ਭਾਅ ਜੀ ਦਾ ਕਰੈਕਟਰ ਬਹੁਤ ਵਧੀਆ।
ਹਾਂਜੀ ਥੋੜਾ ਜਿਹਾ ਮਤਲਬ ਜਿਆਦਾ ਨਹੀਂ ਕਹਿ ਸਕਦੇ, ਮਤਲਬ ਨੈਗੇਟਿਵ ਕੈਰੈਕਟਰ ਨਹੀਂ ਹੈ ਫਿਲਮ ਦੇ ਵਿੱਚ, ਤੇ ਬਾਕੀ ਮੈਂ ਫਿਲਮ ਦੇ ਬਾਰੇ ਜਿਆਦਾ ਨਹੀਂ ਦੱਸ ਸਕਦਾ, ਬਹੁਤ ਘੈਂਟ ਲਵ ਸਟੋਰੀ ਹੈ ਜੀ। ਓਕੇ, ਤੇ ਟ੍ਰਾਇੰਗਲ ਲਵ ਸਟੋਰੀ ਵੀ ਨਹੀਂ ਗੀ, ਕਾਫੀ ਕੁਝ ਹੈ, ਕਾਫੀ ਕੁਝ ਹੈ, ਨਹੀਂ ਕਰ ਸਕਦੇ ਸਭ ਕੁਝ ਹੈ, ਸਭ ਕੁਝ ਦੇ ਵਿੱਚ ਕਾਫੀ ਕੁਝ ਦੇ ਵਿੱਚ ਕੀ ਕੀ ਆਉਂਦਾ, ਲਵ ਟ੍ਰਾਇੰਗਲ। ਓਕੇ, ਹਾਂ ਇੱਕ ਤਰਫਾ ਪਿਆਰ ਹੋ ਗਿਆ, ਕੀ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਕਿਹਨੂੰ ਕਿਹਦੇ ਨਾਲ ਕੁਝ ਨਹੀਂ ਪਤਾ। ਅੱਛਾ, ਇਹਦੇ ਲਈ ਕੁਝ ਡਿਫਰੈਂਟ ਐਫਰਟਸ ਤੁਹਾਨੂੰ ਕਰਨੇ ਪਏ? ਨੈਚੁਰਲ ਸੀਗਾ ਜੀ ਸਾਰਾ ਕੁਝ, ਤੇ ਪਹਿਲੀ ਗੱਲ ਸੁਣਿਆ ਨਹੀਂ ਸੀ, ਮਤਲਬ ਆਪਣਾ ਕਰੈਕਟਰ ਮਤਲਬ ਘੱਟ ਹੀ ਸੁਣਿਆ ਸੀ ਭਾਈ ਤੋਂ, ਤੇ ਬਾਕੀ ਜਿਵੇਂ ਜਿਵੇਂ ਕਹੀ ਗਏ, ਕਿਉਂਕਿ ਇਹਨਾਂ ਨੇ ਕਹਿਣਾ ਹੀ ਕਰਨਾ, ਕੰਮ ਇਹਨਾਂ ਦਾ ਲਿਖਣਾ ਤੇ ਇਹਨਾਂ ਦਾ ਡਾਇਰੈਕਟ ਕਰਨਾ, ਸਾਡਾ ਕੰਮ ਬੋਲਣਾ, ਜਿਵੇਂ ਜਿਵੇਂ ਡਾਇਲੋਗ ਦਿੱਤੇ ਇਹਨਾਂ ਨੇ ਉਵੇਂ ਬੋਲੀ ਗਏ, ਇਹਨੂੰ ਹੱਸ ਕੇ ਬੋਲਦੇ, ਇਹਨੂੰ ਗੁੱਸੇ ਹੋ ਕੇ ਬੋਲਦੇ, ਇਹਨੂੰ ਸਮਾਈਲ ਕਰਕੇ ਬੋਲਦੇ। ਤਾਂ ਭਾਅ ਜੀ ਤੁਹਾਨੂੰ ਤੁਹਾਡਾ ਫਸਟ ਐਕਸਪੀਰੀਅੰਸ ਰਿਹਾ ਐਜ਼ ਐਕਟਰ, ਆਪਾਂ ਕਹਿ ਸਕਦੇ ਐਕਟਿੰਗ ਦੇ ਵਿੱਚ, ਹਨਾ, ਐਜ਼ ਐਨ ਹੀਰੋ, ਐਕਟਰ ਤਾਂ ਕਾਫੀ ਟਾਈਮ ਤੋਂ ਨੇ ਜੀ, ਮਤਲਬ ਫਿਲਮ ਦੇ ਵਿੱਚ, ਐਜ਼ ਐਨ ਹੀਰੋ ਫਿਲਮ ਦੇ ਵਿੱਚ, ਐਜ਼ ਐਨ ਹੀਰੋ, ਬਿਲਕੁਲ। ਸੋ ਉਹ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਹੁਣ ਤੱਕ, ਉਹ ਕਿਹੋ ਜਿਹਾ ਐਕਸਪੀਰੀਅੰਸ ਸੀਗਾ, ਕੀ ਕਿਤੇ ਨਾ ਕਿਤੇ ਤੁਹਾਨੂੰ ਉਹ ਝਿਜਕਪਣ ਵੀ ਆਇਆ ਜਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਮੁਸ਼ਕਿਲ ਵੀ ਲੱਗਿਆ? ਹਾਊ ਵਾਸ ਦੀ ਐਕਸਪੀਰੀਅੰਸ? ਅਦਰਵਾਈਜ਼ ਕੋਈ ਮੁਸ਼ਕਿਲ ਨਹੀਂ ਸੀਗਾ ਮੈਨੂੰ, ਸਿਰਫ ਨੀਰੂ ਜੀ ਨਾਲ ਪਹਿਲੇ ਦਿਨ ਕੰਮ ਕਰਨ ਦਾ ਔਖਾ ਸੀਗਾ। ਓਕੇ, ਡੈਫੀਨੇਟਲੀ ਤੁਸੀਂ ਮਤਲਬ ਸਿਨੇਮੇ 'ਤੇ ਪਰਦੇ 'ਤੇ ਵੇਖਿਆ ਜਿਨ੍ਹਾਂ ਨੂੰ, ਅਤੇ ਉਹਨਾਂ ਨਾਲ ਇੱਕ ਦਿਨ ਉਹ ਸਕਰੀਨ ਸਾਂਝੀ ਕਰਨੀ ਬੜਾ ਵੱਡਾ ਕੰਮ ਹੁੰਦਾ। ਓਕੇ, ਸੋ ਪਹਿਲੇ ਦਿਨ ਮੂਰਤ ਜਿੱਦਣ ਹੋਇਆ, ਜਿੱਦਣ ਉੱਦਣ ਹੀ ਦੂਰੋਂ ਆਏ ਅਤੇ ਮੈਂ ਇਹ ਆ ਰਹੇ ਸੀਗੇ ਅਤੇ ਮੈਂ ਇਹ ਲੱਤਾਂ ਕੰਬ ਰਹੀ ਔਰ ਕਿੱਦਾਂ ਐਕਟਿੰਗ ਕਰਾਂਗੇ। ਬਟ ਇਹ ਤਾਂ ਆਲਰੇਡੀ ਐਕਸਾਈਟਿਡ ਸੀਗੇ ਕਿ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਸੀ, ਮੇਰੇ ਖਿਆਲ ਨਾਲ ਇਹਨਾਂ ਦੀ ਵੀ ਡ੍ਰੀਮ ਕਮ ਟਰੂ ਸੀਗਾ, ਉਹ ਦੱਸਿਆ ਬਾਅਦ ਚ ਨਾ। ਸੋ ਹਾਂਜੀ, ਬਟ ਬਹੁਤ ਬਹੁਤ ਜ਼ਿਆਦਾ ਫਿਰ ਉਹਨਾਂ ਨੇ ਮਤਲਬ ਸਪੋਰਟ ਕੀਤੀ। ਓਕੇ, ਕਿ ਨਹੀਂ ਕਰ ਸਕਦਾ ਕਰ, ਮੈਂ ਵੀ ਖੁੱਲ੍ਹਦਾ ਗਿਆ ਫਿਰ ਹੀ ਬਹੁਤ ਮਤਲਬ, ਫਿਰ ਤਾਂ ਇੱਦਾਂ ਹੁੰਦਾ ਸੀਗਾ, ਫਿਰ ਤਾਂ ਬਾਅਦ ਖੁੱਲ੍ਹ ਗਏ, ਫਿਰ ਤਾਂ ਖੁੱਲ੍ਹੇ ਸ਼ੇਰ, ਫਿਰ ਤਾਂ ਮਤਲਬ ਸਾਡੇ ਮਤਲਬ ਕੋਈ ਵੀ ਟੇਕ ਜਾਂ ਸੀਨ, ਓਕੇ, ਇੱਕ ਟੇਕ ਸਾਡਾ ਕਦੇ ਕੁਛ ਨਹੀਂ, ਮਤਲਬ ਸਾਡੇ 15-15 ਟੇਕ, ਕਿਉਂਕਿ ਕਦੇ ਨਾ ਜਾਂ ਇਹਨਾਂ ਨੇ ਹੱਸ ਦੇਣਾ ਜਾਂ ਮੇਰਾ ਹੱਸਾ ਨਿਕਲ ਜਾਣਾ ਜਾਂ ਸਾਡਾ ਕੈਮ, ਕੋਈ ਸੀਨ ਸੜਸਦਾ ਨਹੀਂ ਹੁੰਦਾ ਸੀ, ਕੋਈ ਦੂਰ ਬੈਠਾ ਸੀਗਾ। ਮੈਂ ਕੱਲ੍ਹ ਦੱਸਦਾ ਸੀ, ਕੱਲ੍ਹ ਰਾਤ ਡਿਸਕਸ ਕਰਦੇ ਸੀਗਾ, ਮੈਂ ਜਿੱਥੇ ਬੈਠਾ ਸੀਗਾ, ਸਾਡੀ ਫਿਲਮ ਇੱਕ ਹੋਰ ਚੱਲਦਾ ਸ਼ੂਟ ਕਿਸਮਤ ਦਾ। ਅੱਛਾ, ਅਤੇ ਉਹਦੇ 'ਚ ਅਸੀਂ ਉਹ ਚੈੱਕ ਕਰਦੇ ਸੀ ਹਾਰਡ ਡਿਸਕਾਂ ਕਿੰਨੀਆਂ ਲੱਗੀਆਂ ਨੇ, ਜਿੰਨੀ ਮਤਲਬ ਜਿੰਨੇ ਪਰਸੈਂਟ ਉਹ ਫਿਲਮ ਫਿਨਿਸ਼ ਹੋ ਗਈ ਆ, ਉਹਦੇ ਨਾਲ ਅਸੀਂ 8 ਗੁਣਾ ਹਾਰਡ ਡਿਸਕਾਂ ਫਿਲਮ ਦੇ ਵਿੱਚ ਲੱਗੀਆਂ। ਓਹੋ, 8 ਗੁਣਾ ਮਤਲਬ ਇੰਨਾ ਸੀ, ਇੰਨੇ ਰੀਟੇਕ ਦੇ ਹਿਸਾਬ ਨਾਲ ਉਹ ਇੰਨਾ ਹਾਸਾ, ਮਤਲਬ ਪਰਫਾਰਮੈਂਸ ਵਾਈਜ਼ ਕੁਛ ਵੀ ਨਹੀਂ, ਪਰਫਾਰਮੈਂਸ ਵਾਈਜ਼ ਕਿਸੇ ਵਿੱਚ ਕਮੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਹੱਸ ਹਾਸਾ ਬਸ। ਹੁਣ ਭਾਜੀ ਦਾ ਪੈਸਾ ਮੇਕਿੰਗ ਲਵਾਂਗੇ ਤੁਹਾਨੂੰ, ਨਹੀਂ ਨਹੀਂ ਉਹ ਨਹੀਂ ਟੈਨਸ਼ਨ, ਅਤੇ ਉਸ 'ਚ ਵੀ ਦਿਨ ਦਿਹਾੜੀਆਂ ਵੀ ਜ਼ਿਆਦਾ ਲੱਗੀਆਂ ਹੋਣੀਆਂ, ਬਜਟ ਵੀ ਵੱਧ ਗਿਆ ਹੋਣਾ, ਹੁਣ ਕਰਕੇ ਦਿਹਾੜੀਆਂ ਨਹੀਂ ਵਧੀਆ, ਨਹੀਂ ਹਾਂ ਮਤਲਬ ਬੈਟਰਮੈਂਟ ਵਾਸਤੇ ਦਿਹਾੜੀਆਂ ਵਧੀਆ, ਵੈਰੀ ਗੁੱਡ। ਅਤੇ ਮਤਲਬ ਜਿੰਨਾ ਵੀ ਆਪਾਂ ਹੋਰ ਮਤਲਬ ਫਿਲਮ ਲਈ ਕਿੰਨਾ ਆਪਾਂ ਬੈਸਟ ਕਰ ਸਕਦੇ, ਔਰ ਇਹੀ ਇੱਕ ਰੀਅਲ ਐਕਟਰ ਅਤੇ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਨਿਸ਼ਾਨੀ ਹੁੰਦੀ ਹੈ, ਜਦੋਂ ਕੰਮ ਕਰਨਾ ਹੋਵੇ ਤਾਂ ਕੁਆਲਿਟੀ ਨਿਕਲਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਭਾਅ ਜੀ ਹੋਰ ਬਥੇਰੀਆਂ ਗੱਲਾਂ ਕਰਾਂਗੇ, ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਦੋਸਤੋ ਬਣੇ ਰਹਿਣਾ ਜੀ, ਮਿਲਦੇ ਹਾਂ ਫਿਰ ਆਪਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ PTC ਸ਼ੋਕੇਸ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਲੌਂਗ ਇਲਾਇਚੀ ਦੀ ਸਟਾਰਕਾਸਟ ਦੇ ਨਾਲ। ਸੋ ਭਾਅ ਜੀ ਤੁਹਾਡੇ ਤੋਂ ਮੈਂ ਪੁੱਛਦਾ ਕਿ ਚੀਜ਼ ਤੁਸੀਂ ਡਿਫਰੈਂਟ ਲੈ ਕੇ ਆਏ, ਚਾਹੇ ਆਪਾਂ ਰਾਈਟਿੰਗ ਦੀ ਗੱਲ ਕਰੀਏ, ਡਾਇਰੈਕਸ਼ਨ ਦੀ ਗੱਲ ਕਰ ਲਈ, ਔਰ ਹਮੇਸ਼ਾ ਤੁਸੀਂ ਐਕਸਪੀਰੀਅੰਸ ਕਰਦੇ ਹੋ ਇੱਕ ਚੀਜ਼ ਵਧੀਆ ਨਿਕਲ ਕੇ ਆਉਂਦੀ ਹੈ। ਅਸੀਂ ਇਹ ਟ੍ਰੇਲਰ ਦੇ ਵਿੱਚ ਆਲਰੇਡੀ ਅੰਮ੍ਰਿਤ ਮਾਨ ਨੂੰ ਵੀ ਦੇਖ ਚੁੱਕੇ ਹਾਂ ਜੀ, ਠੀਕ ਹੈ, ਅਤੇ ਨਾਲ ਨਾਲ ਵੀਰ ਬਲਜੀਤ ਭਾਈ ਨੂੰ ਵੀ ਆਪਾਂ ਦੇਖ ਚੁੱਕੇ ਹਾਂ। ਸੋ ਹੁਣ ਅੱਗੇ ਕੀ ਇਹੀ ਰੀਜ਼ਨ ਸੀਗਾ ਕਿ ਬੀਂਗ ਏ ਰਾਈਟਰ ਇੱਕ ਰਾਈਟਰ ਨੂੰ ਚਾਂਸ ਦਿੱਤਾ ਜਾਵੇ ਜਿਵੇਂ ਵੀਰ ਬਲਜੀਤ ਨੇ? ਐਕਚੁਲੀ ਕਰੈਕਟਰ ਹੀ ਉਹ ਵੀਤ ਬਲਜੀਤ ਹੀ, ਜਦੋਂ ਮੈਂ ਲਿਖ ਰਿਹਾ ਸੀਗਾ ਤਾਂ ਇੱਕੋ ਹੀ ਕਰੈਕਟਰ ਸਾਹਮਣੇ ਸੀਗਾ ਕਿ ਵੀਤ ਬਲਜੀਤ, ਅਤੇ ਅਸੀਂ ਖੁਸ਼ਕਿਸਮਤ ਹਾਂ ਜੀ ਕਿ ਉਹਨਾਂ ਨੂੰ ਅਸੀਂ ਕਿਹਾ ਅਤੇ ਉਹਨਾਂ ਨੇ ਹਾਂ ਕਰਤੀ। ਓਕੇ, ਔਰ ਬਹੁਤ ਅੱਛੇ ਰਾਈਟਰ ਹੈ ਜੀ, ਬਹੁਤ ਮੈਂ ਉਹਨਾਂ ਦਾ ਕਦਰਦਾਨ ਆ ਜੀ, ਸੋ ਬਹੁਤ ਅੱਛੇ ਹਿਊਮਨ ਬੀਂਗ ਹੈ ਜੀ, ਔਰ ਉਹਨਾਂ ਦੀ ਕੌਮਿਕ ਟਾਈਮਿੰਗ ਬਹੁਤ ਅੱਛੀ ਹੈ। ਇਸ ਫਿਲਮ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਇਸ ਪਰਸਨ ਨੂੰ ਤੁਰ ਪੈਣ, ਤੁਰ ਰਹੇ ਨੇ ਉਹ ਫਿਲਮ ਕਰ ਰਹੇ ਐ ਜੇ ਹੀਰੋ ਰਹੇ। ਠੀਕ ਹੈ ਠੀਕ ਹੈ, ਮਤਲਬ ਜਾ ਰਹੇ ਨੇ ਉਸ ਰਸਤੇ ਦੇ ਵਿੱਚ, ਐਕਟਿੰਗ ਲਾਈਨ ਦੇ ਵਿੱਚ ਜਾ ਰਹੇ ਨੇ। ਬਹੁਤ ਸਵਾਗਤ ਹੈ ਸਾਰਿਆਂ ਦਾ। ਲੌਂਗ ਇਲਾਇਚੀ ਹੀ ਕਿਉਂ ਇਸ ਦਾ ਟਾਈਟਲ ਰੱਖਿਆ ਗਿਆ, ਤੁਹਾਡਾ ਕੀ ਕਹਿਣਾ ਇਸ ਦੇ ਬਾਰੇ? ਲੌਂਗ ਇਲਾਇਚੀ ਟਾਈਟਲ ਇੱਕ ਬੜਾ ਬਾਕਮਾਲ ਗਾਣਾ ਸੀਗਾ ਜੀ। ਅੱਛਾ ਜੀ, ਜਿਹੜਾ ਗਾਣਾ ਸੀਗਾ, ਗਾਣਾ ਪਹਿਲਾਂ ਆਇਆ ਸੀ ਆਈ ਥਿੰਕ ਸੁਭਾ ਜੀ ਕੋਲੇ ਲੌਂਗ ਇਲਾਇਚੀ, ਅਤੇ ਉਹ ਲੌਂਗ ਇਲਾਇਚੀ ਗਾਣੇ ਦੇ ਵਿੱਚੋਂ ਭਾਜੀ ਨੇ ਸੋਚਿਆ ਵੀ ਲਾਈਕ ਜਿਹੜਾ ਕਰੈਕਟਰ ਆ ਮੁੰਡੇ ਦਾ ਨਾਮ ਲੌਂਗ ਅਤੇ ਕੁੜੀ ਦਾ ਨਾਮ ਲਾਚੀ ਰੱਖਿਆ ਜਾ ਸਕਦਾ ਫਿਲਮ ਦੇ ਵਿੱਚ, ਅਤੇ ਉਹ ਗਾਣਾ ਵੀ ਬੇਸਿਕਲੀ ਫਿਲਮ ਦੇ ਨਾਲ ਬਹੁਤ ਜ਼ਿਆਦਾ ਜਾਂਦਾ ਸੀ। ਓਕੇ ਜੀ, ਅਤੇ ਫਿਰ ਉਸ ਤੋਂ ਬਾਅਦ 'ਚ ਅੱਗੇ ਸਟੋਰੀ 'ਤੇ ਕਾਫੀ ਟਾਈਮ ਦੇ ਆਈ ਥਿੰਕ ਭਾਜੀ ਕੰਮ ਕਰਦੇ ਸੀ ਇਸ ਚੀਜ਼ 'ਤੇ, ਅਤੇ ਫਿਰ ਉਹ ਟਾਈਟਲ ਉੱਥੋਂ ਮਿਲਿਆ ਅਤੇ ਇਹਨਾਂ ਨੇ ਲੌਂਗ ਇਲਾਇਚੀ ਟਾਈਟਲ ਰੱਖਿਆ, ਅਤੇ ਬਹੁਤ ਅੱਛੀ ਜਿਹਾ ਹੁੰਦਾ ਟਾਈਟਲ, ਬਹੁਤ ਜ਼ਿਆਦਾ ਮੈਟਰ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਟਾਈਟਲ ਹੋ ਗਿਆ ਜਾਂ ਕਾਫੀ ਜ਼ਰੂਰ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ, ਸਟੋਰੀ ਹੈ, ਮਿਊਜ਼ਿਕ ਹੈ, ਫਿਲਮ ਦਾ ਲਾਈਕ ਡਾਇਰੈਕਸ਼ਨ ਹੈ, ਉਹਦੀ ਪਰਫੋਰਮੈਂਸਿਸ, ਬਟ
ਭਾਜੀ ਮੈਨੂੰ ਲੱਗਦਾ ਥੋੜਾ ਜਿਹਾ ਖਰਾਰਿਸ਼ ਹੋ ਰਹੀ ਹੈ, ਕੰਮ ਕਰਦੇ ਆ ਠੀਕ ਹੈ, ਮੇਰੇ ਕੋਲ ਨਾ ਲੌਂਗ ਇਲਾਚੀ ਵੈਸੇ ਪਈਆਂ ਹੋਈਆਂ, ਲੌਂਗ ਤੇ ਇੱਧਰ ਦਿਓ ਮੈਂ ਬੁਰਾ ਵਾਲਾ ਹੀ, ਤੁਸੀਂ ਲੌਂਗ ਲਓ ਹਨਾ ਠੀਕ ਹੈ ਭਾਜੀ, ਤੁਸੀਂ ਕੀ ਲੈਣਾ ਪਸੰਦ, ਇਲਾਚੀ ਦੇ ਦਿਓ, ਦੇਖੋ ਕਿ ਭਾਜੀ ਕਿੰਨੇ ਤੇਜ਼ ਨੇ, ਦੇਖੋ ਇੱਥੇ ਮਾਰ ਗਿਆ ਭਾਜੀ, ਇੱਥੇ ਮਾਰ ਗਿਆ ਭਾਜੀ, ਸੱਚ ਸਾਹ ਖੰਗ ਸਰ ਮੈਨੂੰ ਆਈ ਸੀ ਉਹ ਤਾਂ ਜਾਣ ਗਿਆ ਭਾਜੀ ਨਾਲ, ਇਲਾਚੀ ਮਿਲ ਜੇ, ਲਓ ਭਾਜੀ ਫਿਰ ਇਲਾਚੀ ਖਾਓ ਤੁਸੀਂ, ਓਏ ਠੀਕ ਹੈ ਬੜੇ ਜੀ, ਥੈਂਕ ਯੂ ਥੈਂਕ ਯੂ ਭਾਜੀ, ਤੇ ਹੁਣ ਨੀਰੂ ਜੀ ਤਾਂ ਰਹਿ ਗਏ, ਤੁਸੀਂ ਖਾਣਾ ਲਾਓਗੇ ਇਲਾਇਚੀ ਦੀ ਗੱਲ ਕਰਦੇ ਹਾਂ, ਯਾਨੀ ਕਿ ਨੀਰੂ ਬਾਜਵਾ ਜੀ ਦੀ, ਸੋ ਹਾਊ ਇਜ਼ ਇਲਾਇਚੀ ਇਜ਼ ਡਿਫਰੈਂਟ ਫਰੋਮ ਅਦਰ ਕਰੈਕਟਰਸ ਜੋ ਤੁਸੀਂ ਆਲਰੇਡੀ ਪਲੇ ਕਰ ਚੁੱਕੇ ਹੋ ਜਾਂ ਫਿਲਮਾਂ ਦੇ ਵਿੱਚ ਨਿਭਾ ਚੁੱਕੇ ਹੋ, ਸੋ ਇਸ ਦੇ ਵਿੱਚ ਜਿਹੜੀ ਸਾਨੂੰ ਇਲਾਇਚੀ ਦਿਖੇਗੀ ਹੈ, ਸੋ ਉਹ ਕਿਹੋ ਜਿਹਾ ਕਰੈਕਟਰ ਹੋਏਗਾ, ਕਦੇ ਪਿੰਡ ਵਾਲੀ ਕੁੜੀ ਦਾ ਰੋਲ ਨਹੀਂ ਕੀਤਾ ਮੈਂ, ਓਕੇ ਹਾਂ ਦੈਟਸ ਡਿਫਰੈਂਟ, ਰਾਈਟ ਰਾਈਟ, ਹਾਂ ਸੋ ਇਸੇ ਕਰਕੇ ਇੱਕ ਥੋੜੀ ਮਤਲਬ ਠੀਕ, ਮਤਲਬ ਇੱਕ ਗਰੀਬ ਘਰ ਚ ਵਈ ਕੁੜੀ, ਹਾਂਜੀ ਮੈਂ ਕਦੀ ਗਰੀਬ ਕੈਰੈਕਟਰ ਦਾ ਰੋਲ ਨਹੀਂ ਕੀਤਾ, ਸਾਰੀ ਅਮੀਰ ਕੁੜੀਆਂ ਦਾ ਰੋਲ, ਮੈਨੂੰ ਹਮੇਸ਼ਾ ਅਮੀਰ ਕੁੜੀ ਦੇ ਰੋਲ, ਸੋ ਇਹ ਇਸ ਦੀ ਮਤਲਬ ਡਿਫਰੈਂਟ ਕਰੈਕਟਰ ਦੀ ਚੀਜ਼ ਹੈ ਕਿ ਇਹ ਅਲੱਗ ਚੀਜ਼ ਸਾਨੂੰ ਦੇਖਣ ਨੂੰ ਮਿਲੇਗੀ, ਰਾਈਟ ਨੀਰੂ ਜੀ, ਤੁਸੀਂ ਆਲਰੇਡੀ ਜਿੰਨੇ ਵੀ ਕਰੈਕਟਰਸ ਨਿਭਾਏ ਨੇ ਐਸਟੈਬਲਿਸ਼ਡ ਹੀਰੋ ਰਹੇ ਨੇ, ਭਾਵੇਂ ਦਿਲਜੀਤ ਭਾਈ ਦੀ ਗੱਲ ਕਰੀਏ, ਨਹੀਂ ਮੈਂ ਐਕਚੁਅਲੀ ਉਹਨਾਂ ਨੂੰ ਲਾਂਚ ਕੀਤਾ ਸਾਰਿਆਂ ਨੂੰ, ਲਾਂਚ ਆ ਮਾਰੀ ਕੁੜੀ ਨੇ ਗੱਲ, ਠੀਕ ਹੈ ਲਾਂਚ ਕੀਤਾ ਨੀਰੂ ਭਾਈ ਨੇ, ਲਾਂਚ ਕੀਤਾ ਉਹਨੂੰ, ਠੀਕ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਅੰਬਰ ਭਾਈ ਨੂੰ ਵੀ ਤੁਸੀਂ ਲਾਂਚ ਕੀਤਾ, ਨਹੀਂ ਸਾਰਿਆਂ ਦੀ ਆਈ ਮੀਨ ਫਰਸਟ ਫਿਲਮ ਮੇਰੇ ਨਾਲ ਹੀ ਸੀ, ਦਿਲਜੀਤ ਦੀ ਆ ਗਿੱਪੀ ਦੀ ਸਾਰਿਆਂ ਦੀ, ਆਈ ਥਿੰਕ ਦਿਲਜੀਤ ਕਿਉਂਕਿ ਆਈ ਮੀਨ ਸਾਡੀ ਫਿਲਮਾਂ ਵੀ ਦ ਟਾਈਪ ਆਫ ਸਟੋਰੀਜ਼ ਦੈਟ ਵੀ ਗੋਟ ਤੇ ਕੈਮਿਸਟਰੀ ਆਈ ਵੁੱਡ ਹੈਵ ਟੂ ਸੀ, ਜੇ ਅੱਜ ਮੈਨੂੰ ਕੁਐਸਚਨ ਪੁੱਛਿਆ ਜਾਏਗਾ ਤਾਂ ਇਟਸ ਅ ਟਾਈ ਅੰਬਰ ਐਂਡ ਦਿਲਜੀਤ, ਆਈ ਮੀਨ ਇਹਨਾਂ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਅਤੇ ਮੈਨੂੰ ਮੇਰਾ ਪਰਫੋਰਮੈਂਸ ਵੀ ਬੈਟਰ, ਆਈ ਮੀਨ ਇਹਨਾਂ ਨਾਲ ਕੰਮ ਕਰਕੇ ਜਦੋਂ ਕੋਈ ਅੱਛਾ ਐਕਟਰ ਹੁੰਦਾ ਨਾ ਸਾਹਮਣੇ, ਯੂ ਵਾਂਟ ਟੂ ਗਿਵ ਮੋਰ ਐਂਡ ਯੂ ਵਾਂਟ ਟੂ ਡੂ ਮੋਰ, ਫਿੱਕਾ ਕਰਦੇ ਜਾ ਰਹੇ ਹੋ, ਜਿਵੇਂ ਸੀਗਾ ਹੁਣ ਥੋੜਾ ਜਿਹਾ ਸਿਲਵਰ ਹੋ ਗਿਆ ਹਨਾ, ਫਿੱਕਾ ਕਰਦੇ ਜਾ ਰਹੇ ਹੋ, ਕੀ ਇਸ ਦੇ ਵਿੱਚ ਰੀਜ਼ਨ ਇਹੀ ਹੈ ਕਿ ਜੋ ਇੱਕ ਕਰੈਕਟਰ ਤੁਸੀਂ ਜਿਸ ਦੇ ਨਾਲ ਤੁਸੀਂ ਐਂਟਰੀ ਕੀਤੀ ਸੀ ਉਹਨੂੰ ਥੋੜਾ ਜਿਹਾ ਹਟ ਕੇ ਮੈਂ ਆਪਣੀ ਅਲੱਗ ਪਛਾਣ ਬਣਾ, ਤੇ ਸਾਰੀਆਂ ਫਿਲਮਾਂ ਦੇ ਵਿੱਚ ਜਿੰਨੇ ਮੈਂ ਲਾਈਕ ਜਿਵੇਂ ਉਹ ਸੀਗਾ ਅੰਗਰੇਜ਼ ਦੇ ਵਿੱਚ ਸੀਗਾ, ਥੋੜਾ ਜਿਹਾ ਗ੍ਰੇ ਸ਼ੇਡ ਹੈ ਨਾ, ਉਹ ਭੌਂਕਾ ਕਰੈਕਟਰ ਸੀ, ਲਾਊਡ ਬੋਲਦਾ ਸੀ ਬਿਨਾਂ ਵਜ੍ਹਾ, ਅਰਦਾਸ 'ਚ ਵੀ ਜੇ ਆਲਮੋਸਟ ਆਲਮੋਸਟ ਸੇਮ ਸੀ, ਫਿਰ ਉਹਦੇ 'ਚ ਬੰਬੂਗੜ੍ਹ ਦੇ ਵਿੱਚ ਕਮਾਇਲਡੀਆ ਕਰੈਕਟਰ ਆ ਗਿਆ ਸੀ, ਚੁੱਪ ਮਤਲਬ ਜ਼ਿਆਦਾ ਨਹੀਂ ਸੀ ਬੋਲਦਾ ਹੈ ਨਾ, ਅਤੇ ਬੇਇੱਜ਼ਤੀ ਜੀ ਹੋਈ ਫਿਲਮ ਦੇ ਵਿੱਚ ਸਾਰੀ ਦੇ ਵਿੱਚ, ਵੈਸੇ ਫਿਲਮ ਚੱਲੀ ਬੜੀ ਘੈਂਟ ਨਾ, ਅਤੇ ਉਸ ਤੋਂ ਬਾਅਦ ਨਿੱਕਾ ਜੈਲ ਦਾ ਰੋਹ 'ਚ ਵੀ ਥੋੜ੍ਹਾ ਜਿਹਾ ਬੋਲਣ ਵਾਲਾ ਸੀਗਾ, ਨਿੱਕਾ 2 ਦੇ ਵਿੱਚ ਜ਼ਿਆਦਾ ਨਹੀਂ ਬੋਲਿਆ, ਅੱਡ ਅੱਡ ਸਾਰੇ ਕਰੈਕਟਰ ਅੱਡ ਅੱਡ, ਹੁਣ ਇਹ ਸੀਗਾ ਇੱਕ ਤਾਂ ਟਾਈਮ ਬਾਅਦ ਸੀਗਾ, ਅਤੇ ਇੱਕ ਜਦੋਂ ਲਾਈਕ ਇੱਕ ਹੀਰੋ ਹੁੰਦਾ, ਹੀਰੋ ਤਾਂ ਹਮੇਸ਼ਾ ਪੋਜ਼ਿਟਿਵ ਹੀ ਹੁੰਦਾ ਜੀ, ਅਤੇ ਥੋੜ੍ਹਾ ਜਿਹਾ ਤੁਹਾਨੂੰ ਜੇ ਨੈਗੇਟਿਵ ਕਰਨ ਨੂੰ ਮਿਲਦਾ ਤਾਂ ਜ਼ਿਆਦਾ ਬੈਟਰ ਸੀ, ਮੈਨੂੰ ਐਂ ਲੱਗਿਆ ਵੀ ਆਹ ਮੇਰੇ ਲਈ ਜ਼ਿਆਦਾ ਬੈਟਰ, ਜੇ ਭਾਅ ਜੀ ਮੈਨੂੰ ਵੈਸੇ ਵੀ ਕਹਿੰਦੇ ਵੀ ਤੂੰ ਐਵੇਂ ਆਹ ਕਰਨਾ ਕਿਆ ਕਰਨਾ, ਮੈਂ ਵੈਸੇ ਵੀ ਆਹੀ ਚਾਹੁੰਦਾ ਮੇਰੇ ਲਈ, ਹਾਂ ਵੀ ਲੌਂਗ ਭਾਅ ਜੀ ਨਹੀਂ ਬਣਨਾ, ਮੇਰੇ ਖਿਆਲ ਨਾਲ ਪਰਸਨਲੀ ਤੁਹਾਡੀ ਤੁਹਾਨੂੰ ਇਹੋ ਜਿਹੇ ਕਰੈਕਟਰਸ ਕਰਨੇ ਪਸੰਦ ਨੇ, ਅੱਡ ਵੱਡ ਹੀਰੋ ਤਾਂ ਇਹ ਨਹੀਂ ਗਏ, ਕਰੈਕਟਰ ਕਰਨੇ ਜ਼ਿਆਦਾ ਪਸੰਦ ਨੇ, ਰਾਈਟ ਕਰੈਕਟਰ ਕਰੈਕਟਰ ਕਰਨੇ ਪਸੰਦ ਨੇ, ਪਰ ਭਾਅ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੁਣ ਤੱਕ ਕਰੈਕਟਰਸ ਤੁਸੀਂ ਇਹਨਾਂ ਨੂੰ ਇੰਨੇ ਚਿਰ ਤੋਂ ਜਾਣਦੇ ਹੋ, ਹੁਣ ਤੱਕ ਜਿੰਨੇ ਵੀ ਕਰੈਕਟਰਸ ਇਹਨਾਂ ਨਿਭਾਏ ਨੇ, ਅੱਗੇ ਚੱਲ ਕੇ ਕਿਹੜਾ ਕਰੈਕਟਰ ਹੋਰ ਇਹਨਾਂ ਨੂੰ ਸੂਟ ਕਰੇਗਾ ਇਹਨਾਂ ਦੀ ਪਰਸਨੈਲਿਟੀ ਦੇ ਮੁਤਾਬਿਕ? ਅਸੀਂ ਸਕ੍ਰਿਪਟ ਡਿਸਕਸ ਕਰਦੇ ਰਹਿੰਦੇ ਹਾਂ, ਮੈਨੂੰ ਲੱਗਦਾ ਹੋਰ ਇੱਕ ਜਿਹੜਾ ਪੰਜਾਬੀਅਤ ਜਿਹੜੀ ਹੁੰਦੀ ਨਾ ਕਰੈਕਟਰਾਂ ਦੇ ਵਿੱਚ, ਇੱਕ ਤਾਂ ਲਵੇਬਲ ਹੀਰੋ ਹੁੰਦੇ ਆ ਜਾਂ ਹੈ ਨਾ ਉੱਦਾਂ ਦੇ, ਇੱਕ ਜਿਹੜਾ ਸਟਰੋਂਗ ਹੁੰਦਾ ਥੋੜ੍ਹਾ ਜਿਹਾ ਜਿਹੜਾ ਪੰਜਾਬ ਦਾ ਗੱਭਰੂ ਮੁੰਡਾ ਹੈ ਨਾ, ਜਵਾਨ ਜਿਹੜਾ ਹੈ ਉਹਦੇ ਵਰਗਾ ਕੋਈ ਕਰੈਕਟਰ ਜੇ ਐਵੇਂ ਕਰੇ ਤਾਂ ਬਹੁਤ ਵਧੀਆ ਲੱਗੂਗਾ, ਕਿ ਪਿੰਡ ਦਾ ਮੁੰਡਾ, ਸੋ ਆਈ ਥਿੰਕ ਕੁਛ ਇਹੋ ਜਿਹਾ ਬੂਜੜ ਜੇ, ਹਾਂ ਬੂਜੜ ਦਾ ਦਰਦ, ਗਾਣਿਆਂ ਦੀ ਗੱਲ ਕਰਦੇ ਹਾਂ, ਮਿਊਜ਼ਿਕ ਦੇ ਬਾਰੇ ਸਾਨੂੰ ਨੀਰੂ ਜੀ ਦੱਸੋ, ਮਿਊਜ਼ਿਕ ਦੇ ਬਾਰੇ ਮੈਂ ਦੱਸਾਂ, ਅਵਲ ਮੇਰੇ ਵੱਲ ਕੀ ਹਰਦਾ ਜੀ, ਮੈਨੂੰ ਯਾਦ ਨਹੀਂ, ਯਾਦ ਨਹੀਂ ਹੈ, ਟਾਈਟਲ ਤੁਸੀਂ ਸੁਣਿਆ ਲੌਂਗ ਅੱਛੀ ਹੈ ਬਿਲਕੁਲ ਜੀ, ਰਾਈਟ ਬ੍ਰਿਲੀਅੰਟ, ਉਹ ਮੰਨਤ ਨੇ ਗਾਇਆ ਵੀ ਬਹੁਤ ਵਧੀਆ, ਨੀਰੂ ਜੀ ਨੇ ਬਹੁਤ ਅੱਛਾ ਪਰਫਾਰਮ ਕੀਤਾ ਰਿਸ਼, ਤੇ ਉਹ ਬੜਾ ਚੱਲਦਾ ਵੀ ਬਹੁਤ ਪਿਆ ਉਹ ਗਾਣਾ,
ਤੇ ਉਸ ਮੈਂ ਪਹਿਲਾਂ ਵੀ ਡਿਸਕਸ ਕਰਦਾ ਸੀ ਅੰਬਰ ਭਾਈ ਨਾਲ ਵੀ ਉਹ ਗਾਣੇ ਨੇ ਸਾਡੇ ਦੂਜੇ ਗਾਣੇ ਦੱਬ ਲੈ ਕਿਉਂਕਿ ਇੱਕ ਫਿਲਮ ਦੇ ਵਿੱਚ ਇੱਕ ਜਾਂ ਦੋ ਚੀਜ਼ਾਂ ਹੀ ਹੁੰਦੀਆਂ ਜਿਹੜੀ ਤੁਹਾਨੂੰ ਓਵਰ ਦਾ ਟੋਪ ਜੇ ਟ੍ਰੇਲਰ ਓਵਰ ਦਾ ਟੋਪ ਹੋ ਜਾਵੇ ਅਤੇ ਗਾਣੇ ਓਵਰ ਦਾ ਟੋਪ ਹੋ ਜਾਣ ਪਹਿਲਾ ਗਾਣਾ ਹੋ ਜਾਵੇ ਫਿਰ ਦੂਜੇ ਤਾਂ ਫਿਰ ਉਸ ਤੋਂ ਬਾਅਦ ਨਾਗੀ ਪੂਰਦਾ ਫਿਰ ਚਲੋ 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 ਹਾਲਾਂਕਿ ਬਹੁਤ ਬਾਕਮਾਲ ਗਾਣੇ ਨੇ ਜਿਹੜੇ ਪਰਸਨਲ ਮੈਨੂੰ ਬਹੁਤ ਪਸੰਦ ਨੇ ਗਾਣੇ ਸਾਰੇ ਸੋ ਇੱਕ ਅੱਠ ਗਾਣੇ ਨੇ ਫਿਲਮ ਦੇ ਅੱਠ ਗਾਣੇ ਨੇ ਔਰ ਕਿੰਨਾ ਕਿੰਨਾ ਨੇ ਉਹ ਨਿਭਾਏ ਨੇ ਤੁਸੀਂ ਕਿੰਨੇ ਮਿਊਜ਼ਿਕ ਹੈ ਜੀ ਗੁਰਮੀਤ ਸਿੰਘ ਜੀ ਦਾ ਅਤੇ ਵਿੱਚ ਆਪਣਾ ਹਰਮਨਜੀਤ ਸਿੰਘ ਦਾ ਹਰਮਨਜੀਤ ਦਾ ਗਾਣਾ ਲਿਖਿਆ ਹੋਇਆ ਅੱਛਾ ਜੀ ਅਤੇ ਇੱਕ ਮਨਿੰਦਰ ਮਾਨ ਆ ਉਹਨੇ ਅਤੇ ਇੱਕ ਮੁੰਡਾ ਗੁਲਵੱਟੀ ਦਾ ਜੀ ਉਹਦਾ ਮਤਲਬ ਉਹਨਾਂ ਨੇ ਇਕੱਠਾ ਰਲ ਕੇ ਲਿਖਿਆ ਗਾਣਾ ਅਤੇ ਬਾਕੀ ਕਪਤਾਨ ਉਹਨਾਂ ਨੇ ਮੁੰਡੇ ਉਹਨਾਂ ਨੇ ਲਿਖਿਆ ਫਿਲਮ ਦੇ ਜਿਵੇਂ ਹੁਣ ਟੱਪੇ ਸੀਗੇ ਪਿੱਛੇ ਟੱਪੇ ਹੋਏ ਸੀਗੇ ਰਿਲੀਜ਼ ਉਹ ਮੈਨੂੰ ਬੜੇ ਵਧੀਆ ਲੱਗਦੇ ਆ ਮੈਂ ਤੁਹਾਨੂੰ ਸੁਣਾਉਣਾ ਮੁੰਡੇ ਦਾ ਟੱਪਾ ਇੱਕ ਹੋ ਗੱਲਾਂ ਵਸ ਤੋਂ ਬਾਹਰ ਦੀਆਂ ਗੱਲਾਂ ਵਸ ਤੋਂ ਬਾਹਰ ਦੀਆਂ ਜਿਨ੍ਹਾਂ ਨੇ ਆ ਜੱਗ ਲੁੱਟਿਆ ਜੱਗ ਲੁੱਟਿਆ ਦੋਨੇ ਅੱਖੀਆਂ ਨਾਰ ਦੀਆਂ ਦੋਨੇ ਅੱਖੀਆਂ ਨਾਰ ਦੀਆਂ ਕਿਆ ਬਾਤ See, I don't have any of these details. But mere khala thonu title song ta aunda hi hoega. Haan ji, mera favorite. Tusi fir dono ga dio. Tusi gao. Normal hai chudo. Paaji music de de. Ek achhi gall hai ji, she's very good dancer aur woh bahut acha singer hai ami. Acha hun tusi ye kehne ke pa dance kara diye. ਚਲੋ ਫਿਰ ਗਾ ਦਿਓ ਅੰਬਰ ਭਾਜੀ ਟਰਾਈ ਤਾਂ ਕਰੋ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਕਿਆ ਬਾਤ ਹੈ ਜੀ ਵੈਰੀ ਨਾਈਸ ਬਹੁਤ ਹੀ ਵਧੀਆ ਲਿਰਿਕਸ ਨੇ ਜੀ ਇਸ ਗੀਤ ਦੇ ਲਓ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣ ਜਾ ਰਹੇ ਹਾਂ ਉਸ ਤੋਂ ਬਾਅਦ ਥੋੜ੍ਹੀ ਜਿਹੀ ਹੋਰ ਮਸਤੀ ਕਰਾਂਗੇ ਇਹਨਾਂ ਦੇ ਨਾਲ ਜੁੜੇ ਰਹਿਣਾ ਮਿਲਦੇ ਹਾਂ ਜੀ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਜੀ ਲੌਂਗ ਲਾਚੀ ਦੀ ਸਟਾਰ ਕਾਸਟ ਦੇ ਨਾਲ ਬਥੇਰੀਆਂ ਗੱਲਾਂ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਐਕਸਪੀਰੀਅੰਸਿਸ ਬਹੁਤ ਸਾਰੀਆਂ ਗੱਲਾਂ ਇਹ ਸਾਡੇ ਨਾਲ ਸ਼ੇਅਰ ਕਰ ਚੁੱਕੇ ਨੇ ਹੁਣ ਇੱਕ ਲਿਰਿਕਸ ਹੁੰਦੇ ਨੇ ਬਹੁਤ ਮੈਟਰ ਕਰਦੇ ਨੇ ਕਿਸੇ ਗੀਤ ਦੇ ਵਿੱਚ ਔਰ ਇਹੋ ਜਿਹੀ ਫਿਲਮਾਂ ਦੇ ਵਿੱਚ ਲਿਰਿਕਸ ਕਮਾਲ ਦੇ ਚੂਜ਼ ਕਰਨੇ ਜ਼ਰੂਰੀ ਵੀ ਹੁੰਦੇ ਨੇ ਸੋ ਕਿਤੇ ਨਾ ਕਿਤੇ ਚੈਲੰਜ ਵੀ ਹੁੰਦਾ ਭਾਜੀ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਦੌਰ ਜਿਵੇਂ ਚੱਲਦਾ ਮਿਊਜ਼ਿਕ ਸਭ ਤੋਂ ਵੱਧ ਮੈਟਰ ਕਰਦਾ ਫਿਲਮ ਦੇ ਵਿੱਚ ਫਿਲਮ ਨੂੰ ਸੁਪਰਹਿਟ ਕਰਨ ਦੇ ਵਿੱਚ ਰਾਈਟ ਹਿੱਟ ਫਿਲਮਾਂ ਹੋ ਜਾਂਦੀਆਂ ਫਿਲਮ ਨੂੰ ਸੁਪਰਹਿਟ ਤੇ ਬਲੌਕਬਸਟਰ ਕਰਨ ਦੇ ਵਿੱਚ ਮਿਊਜ਼ਿਕ ਬਹੁਤ ਜ਼ਿਆਦਾ ਮਤਲਬ ਆਪਣੀਆਂ ਬਾਲੀਵੁੱਡ ਦੇ ਵਿੱਚ ਵੀ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਅਤੇ ਮਿਊਜ਼ਿਕ ਬਹੁਤ ਜ਼ਿਆਦਾ ਮੈਟਰ ਕਰਦਾ ਕਿਸੇ ਵੀ ਵੱਡੀ ਫਿਲਮ ਦਾ ਨਾਂ ਲੈ ਦਿਓ ਤੁਸੀਂ ਜਿਹੜੀਆਂ ਵੀ ਸੁਪਰਹਿਟ ਹੋਈਆਂ ਨੇ ਅੰਗਰੇਜ਼ ਸੁਪਰ ਡੁਪਰ ਹਿੱਟ ਸੀਗੇ ਉਹਦਾ ਮਿਊਜ਼ਿਕ ਦੇਖੋ ਕਿੱਡਾ ਸੀਗਾ ਅਤੇ ਫਿਰ ਉਸ ਤੋਂ ਬਾਅਦ ਜਿੰਨੀਆਂ ਚਾਹੇ ਦਲਜੀਤ ਭਾਈ ਦੀਆਂ ਫਿਲਮਾਂ ਨੇ ਅੱਗੇ ਪੀਪੇ ਦੀਆਂ ਫਿਲਮਾਂ ਨੇ ਮੇਰੀਆਂ ਆਪਣੀਆਂ ਨੇ ਨਿੱਕਾ ਜੈਲਦਾਰ ਸੀ ਉਹਦੇ ਵਿੱਚ ਮਿੰਨੀ ਕੂਪਰ ਗਾਣਾ ਸੀ ਅਤੇ ਬੰਬੂ ਕਾਟ ਦਾ ਮਿਊਜ਼ਿਕ ਬਹੁਤ ਜ਼ਿਆਦਾ ਵਧੀਆ ਸੀ ਮਤਲਬ ਇੱਕ ਅੱਛੀ ਫਿਲਮ ਦਾ ਮਿਊਜ਼ਿਕ ਵੀ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਜ਼ਰੂਰੀ ਔਰ ਮੇਰੇ ਖਿਆਲ ਨਾਲ ਲੌਂਗ ਲਾਚੀ ਦੇ ਵਿੱਚ ਤਾਂ ਜਿਵੇਂ ਤੁਸੀਂ ਗਾਣੇ ਸੁਣਾ ਰਹੇ ਹੋ ਹਰ ਗਾਣੇ ਦੇ ਲਿਰਿਕਸ ਇੱਕ ਮਤਲਬ ਸ਼ੋ ਕਰ ਰਹੇ ਨੇ ਇੱਕ ਮਤਲਬ ਹੈਗਾ ਉਸਦਾ ਔਰ ਉਹਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਇਹੋ ਜਿਹੀ ਚੀਜ਼ਾਂ ਗਾਣੇ ਚੱਲਦੇ ਜ਼ਰੂਰ ਸਲੋ ਚੱਲਦੇ ਆ ਥੋੜ੍ਹੇ ਜਿਹੇ ਦੂਜੇ ਗਾਣਿਆਂ ਨਾਲੋਂ ਅਤੇ ਜਿਹੜੇ ਮਤਲਬ ਆਪਾਂ ਸਿੰਗਲ ਟਰੈਕ ਕਰਦੇ ਹਾਂ ਜਾਂ ਲਾਈਕ ਕੋਈ ਵੀ ਹੋਰ ਥੋੜ੍ਹੇ ਬਹੁਤੇ ਚੱਕਵੇਂ ਜਿਹੇ ਗਾਣੇ ਹੋ ਗਏ ਉਹਨਾਂ ਨਾਲ ਉਹਨਾਂ ਨਾਲੋਂ ਚੱਲਦੇ ਥੋੜ੍ਹੀ ਸਲੋ ਆ ਬਟ ਇਹ ਲੰਬੇ ਚੱਲਦੇ ਹੁਣ ਭਾਅ ਜੀ ਆਪਾਂ ਅੰਬਰ ਭਾਅ ਜੀ ਤੋਂ ਡਾਇਲੋਗ ਸੁਣ ਲਈਏ ਅੰਬਰ ਭਾਅ ਜੀ ਸਾਰੀ ਫਿਲਮ ਸੁਣਾ ਦੇਣਗੇ ਪਹਿਲਾ ਸੀ ਪਹਿਲਾ ਸੀ ਲਓ ਜੀ ਫਿਰ ਪਹਿਲਾ ਸੀ ਪਹਿਲਾ ਸੀ ਜਾਂ ਕੋਈ ਆਪਣੇ ਤੁਹਾਡੀ ਮਰਜ਼ੀ ਦਾ ਡਾਇਲੋਗ ਕੋਈ ਵੀ ਮੈਂ ਤਾਂ ਜੀ ਉਹ ਪਤਾ ਨਹੀਂ ਮੈਂ ਵੈਸੇ ਇਹ ਚੀਜ਼ਾਂ ਮੈਂ ਪਹਿਲੀ ਫੇਸ ਕਰ ਰਿਹਾ ਮੈਨੂੰ ਬੜਾ ਅਜੀਬ ਲੱਗ ਰਿਹਾ ਹਰ ਚੀਜ਼ ਡਾਇਲੋਗ ਬਾਹਰ ਚਾਚਾ ਕਹਿੰਦਾ ਤਿਉਹਾਰ ਕਿਹੜਾ ਤੇ ਮਨਾਈ ਕਿਹੜਾ ਜਾਂਦੇ ਹੋ ਬੜਾ ਵਧੀਆ ਲੱਗਦਾ ਮੈਨੂੰ ਬਾਕੀ ਬਹੁਤ ਵਧੀਆ ਲਿਖਿਆ ਉਹ ਸਹੀ ਹੈ ਜੀ ਚੀਜ਼ ਉਹ ਘੈਂਟ ਚੀਜ਼ ਹੈ ਚਲੋ ਹੁਣ ਆਪਾਂ ਇੱਕ ਕੰਮ ਕਰਦੇ ਭਾਜੀ ਮੈਂ ਨਾ ਇੰਗਲਿਸ਼ ਦੇ ਵਿੱਚ ਕੁਛ ਵੀ ਬੋਲੂੰਗਾ ਕੋਈ ਵਰਡ ਹੋ ਸਕਦਾ ਲਾਈਨ ਹੋ ਸਕਦੀ ਹੈ ਉਸ ਨੂੰ ਤੁਸੀਂ ਰਿਲੇਟ ਕਰਨਾ ਹੈ ਆਪਣੀ ਫਿਲਮ ਦੀ ਕੋਈ ਵੀ ਕੋ ਸਟਾਰ ਦੇ ਨਾਲ ਕੋਈ ਵੀ ਕਰੈਕਟਰ ਦੇ ਨਾਲ ਕਿ ਉਹ ਇਹ ਲਾਈਨ ਕਿਹਨਾਂ ਨਾਲ ਰਿਲੇਟ ਕਰਦੀ ਹੈ ਉਹ ਕੌਣ ਹੋ ਸਕਦੇ ਨੇ ਠੀਕ ਹੈ ਜੀ ਸੋ ਹੁਣ ਤੁਸੀਂ ਤਿੰਨੇ ਆਪਣੇ ਮਨ ਮਰਜ਼ੀ ਨਾਲ ਸੋਚ ਲਿਓ ਕਿ ਉਹ ਹੋ ਸਕਦੇ ਆ ਜਾਂ ਕਿਹਨਾਂ ਨੂੰ ਉਹ ਫੱਬਦਾ ਉਹ ਲਾਈਨ ਜਾਂ ਕਿਹਨਾਂ ਨੂੰ ਉਹ ਵਰਡ ਫੱਬਦਾ ਠੀਕ ਹੈ ਜੀ ਸੋ ਪਹਿਲਾ ਵਰਡ ਹੈਗਾ ਜੀ ਰੀਟੇਕ ਕਿੰਗ ਔਰ ਕੁਈਨ ਸਾਰੀ ਹੈ ਜੀ ਮੈਂ ਤੁਹਾਨੂੰ ਦੱਸਾਂ ਅੱਛਾ ਤੁਸੀਂ ਉਹਨਾਂ ਨੇ ਤਾਂ ਕਹਿ ਦਿੱਤਾ ਮੈਂ ਨਹੀਂ ਹੁਣ ਦੱਸੋ
ਦੇਖੋ ਮਤਲਬ ਇਹੋ ਜਿਹੀ ਵੀ ਚੀਜ਼ਾਂ ਹੋ ਜਾਂਦੀ ਕਿ ਇੱਕ ਵਾਰ ਕਿ ਜਿਹੜੇ ਫਿਲਮ ਦੇ ਡਾਇਰੈਕਟਰ ਹੋਣ ਉਹਨਾਂ ਦੇ ਸਟਾਰ ਕਾਸਟ ਉਹਨਾਂ ਨੂੰ ਕਹਿ ਰਹੀ ਹੋਣੀ ਇਹ ਸਭ ਤੋਂ ਰੀਟੇਕ ਲੈ ਰਹੇ ਨੇ ਉਵੇਂ ਵੀ ਨਹੀਂ ਪਰਫਾਰਮੈਂਸ ਵਾਈਜ਼ ਵੀ ਨਹੀਂ ਕੋਈ ਟੈਨਸ਼ਨ ਹੁੰਦੀ ਹਾਂਜੀ ਜੀ ਪਰਫਾਰਮ ਕਰਦੇ ਕਰਦੇ ਗੱਲ ਚੇਤੇ ਆ ਜਾਂਦੀ ਪਲੱਸ ਕਰਨੀ ਹੁੰਦੀ ਕੋਈ ਆ ਵੀ ਬੋਲਣ ਨਾਲ ਜਾਂ ਹੱਸ ਪੈਂਦੇ ਆ ਜਾਂ ਹੱਸ ਪੈਂਦੇ ਆ ਉੱਥੇ ਕੰਮ ਖਰਾਬ ਹੋ ਜਾਂਦਾ ਜਾਂ ਹਸਾ ਦਿੰਦੇ ਆ ਭਾਵੇਂ ਗਲਤ ਭਾਵੇਂ ਰੀਟੇਕ ਸਾਡੇ ਕਰਕੇ ਉਪਰ ਵਜ੍ਹਾ ਇਹ ਹੁਣ ਫਸਾਉਂਗੇ ਲਓ ਜੀ ਫਿਰ ਰੀਟੇਕ ਕਿੰਗ ਹੈਗੇ ਨੇ ਅੰਬਰ ਬਾਜੀ ਕੁਈਨ ਤਾਂ ਫਿਰ ਉਹਨਾਂ ਨੇ ਮਨਾ ਕਰ ਹੀ ਦਿੱਤਾ ਆਈ ਐਮ ਨਾਟ ਕੋਈ ਹੋਰ ਵੀ ਨੇ ਤੁਸੀਂ ਵੈਸੇ ਇੱਕ ਲੈ ਲਓ ਕ੍ਰੈਡਿਟ ਵੀ ਉਹਨਾਂ ਦੇ ਕਰਕੇ ਕਹਿ ਦੋ ਨਹੀਂ ਨਹੀਂ ਆਪਾਂ ਕਿਉਂ ਕਹਿਣਾ ਆਪਾਂ ਕਿਉਂ ਲੈਣਾ ਨਹੀਂ ਜੇ ਅੰਬਰ ਭਾਈ ਨੂੰ ਤੁਸੀਂ ਅੰਬਰ ਭਾਈ ਨੂੰ ਦਰਜਾ ਕੀਤੇ ਆ ਤੁਸੀਂ ਕੋਈ ਹੈ ਰੀਟੇਕ ਅੰਬਰ ਭਾਈ ਨੂੰ ਦਰਜਾ ਦੇ ਹੀ ਦਿੱਤਾ ਤੇ ਇਟਸ ਗੁੱਡ ਕੋਈ ਗੱਲ ਨਹੀਂ ਠੀਕ ਹੈ ਇਹ ਮਾੜੀ ਗੱਲ ਨਹੀਂ ਜੀ ਰੀਟੇਕ ਕਰਨੇ ਕਿਉਂਕਿ ਬੜੀ ਵਧੀਆ ਕੁਆਲਿਟੀ ਇੱਕ ਚੀਜ਼ ਨਿਕਲ ਗਈ ਹੁੰਦੀ ਹੈ ਵਧੀਆ ਬਣਦੀ ਨੈਕਸਟ ਲੇਜ਼ੀ ਵਨ ਕੌਣ ਹੈ ਜੀ ਮੈਂ ਤੇ ਅੰਮ੍ਰਿਤ ਦੋਨੇ 11-12 ਵਜੇ ਜਾਂਦੇ ਕਿੰਨੇ ਦਾ ਹੁੰਦਾ ਸੀਗਾ 7 ਵਜੇ ਦਾ ਰੱਖ ਲੈਂਦੇ ਜਦੋਂ ਮੈਂ ਜੁਆਇਨ ਕੀਤਾ ਸੈੱਟ ਇਹਨਾਂ ਨਾਲ ਮਤਲਬ ਫਿਲਮ ਜੁਆਇਨ ਕੀਤੀ ਮੈਂ ਪਹਿਲਾਂ ਹਰਜੀਤਾ ਫਿਨਿਸ਼ ਕਰਕੇ ਆਇਆ ਬਿਲਕੁਲ ਤੁਸੀਂ ਬੜਾ ਜਦੋਂ ਮੈਂ ਆਇਆ ਤੁਹਾਡੇ ਕੋਲ ਆਈ ਵਾਸ ਲਾਈਕ ਨਾ ਐਡਾ ਗੂ ਮੇਰਾ ਮੈਨੂੰ ਅਸ਼ਕਾਰੀ ਕਰਕੇ ਆਇਆ ਲਾਸਟ ਵੀ ਤੇ ਮੇਰੇ ਕਰਕੇ ਇਹਨਾਂ ਨੇ ਕਾਫੀ ਭਾਰ ਘਟਾਇਆ ਨਾ ਤੇ ਇਹਨਾਂ ਦੇ ਆਪੋਜ਼ਿਟ ਆਉਣਾ ਸੀਗਾ ਤੇ ਮੈਨੂੰ ਭਰ ਮੈਂ ਤਾਂ ਜੋ ਧੱਕ ਮਿਲੀ ਖਾਣ ਵਾਲੀ ਪੂਰਾ ਹੈ ਉੱਥੇ ਘਿਓ ਪਾ ਕੇ ਦੁੱਧ ਪੀਂਦੇ ਹੁੰਦੇ ਸੀਗੇ ਅਸੀਂ ਭਾਜੀ ਨੇ ਵੀ ਉਹਨਾਂ ਦੇ ਭਾਜੀ ਲੂਜ਼ ਕਰਦੇ ਪਏ ਸੀਗੇ ਉਸ ਟਾਈਮ ਵੇਟ ਤੇ ਐਕਸਰਸਾਈਜ਼ ਸੀ ਵਾਵਾ ਟਾਈਮ ਇਕੱਠਿਆਂ ਲਾਈ ਭਾਜੀ ਨੇ 15-20 ਦਿਨ ਫਿਰ ਭਾਜੀ ਬੰਬੇ ਚਲੇ ਗਏ ਸੀਗੇ ਓਕੇ ਵਾਸਤੇ ਜਾਂ ਉੱਥੇ ਸੈਟਅਪ ਕਰਨਾ ਸੀ ਚਲੋ ਜੀ ਥੈਂਕ ਯੂ ਭਾਜੀ ਨੈਕਸਟ ਇਜ਼ ਮਿਸਟਰ ਐਂਡ ਮਿਸ ਸ਼ੋ ਨੀਰੂ ਬਾਜਵਾ ਜੀ ਨੋ ਆਈ ਐਮ ਨਾਟ ਅ ਸ਼ੋ ਨਹੀਂ ਮੈਂ ਕਿਹਾ ਨੀਰੂ ਬਾਜਵਾ ਜੀ ਹੱਸੇ ਮੈਂ ਹੀ ਕਿਹਾ ਇਸ ਦੇ ਪਿੱਛੇ ਕੋਈ ਰੀਜ਼ਨ ਹੈ ਮੇਰਾ ਤਾਂ ਆ ਵੇਖ ਲਓ ਜੀ ਮੈਂ ਤੇ ਨਹੀਂਗਾ ਮੈਂ ਤਾਂ ਇੰਟਰਵਿਊ ਕਰਦਾ ਮੈਂ ਆਪਣੇ ਲੌਂਗ ਲਾਸਟ ਟੀ-ਸ਼ਰਟ ਪਾਈ ਮੈਂ ਤਾਂ ਆਵੇ ਲੋਅਰ ਪਾਏ ਠੀਕ ਹੈ ਮੈਂ ਤਾਂ ਪ੍ਰਮੋਸ਼ਨ ਕਰ ਕੋਈ ਆਇਆ ਬਟ ਮੈਂ ਆਪਣੇ ਆਪ ਨੂੰ ਮਹੀ ਟਾਵਰ ਕੱਢੀ ਤੇ ਆਪਣੇ ਆਪ ਨੂੰ ਲੱਗੀ ਜਾਂਦਾ ਪਰ ਦੂਜੇ ਤਾਂ ਫਿੱਕੇ ਲੱਗਦੇ ਕਿ ਨਹੀਂ ਸਾਰੇ ਬੜੇ ਪਿਆਰ ਨਾਲ ਰਹੇ ਓਕੇ ਲਾਸਟ ਵਨ ਸਲੀਪੀ ਵਨ ਦੋਨੋਂ ਮੈਨੂੰ ਨੀ ਦੱਸਦੇ ਸੀ ਬਟ ਇਟਸ ਅ ਗੁੱਡ ਥਿੰਗ ਤੁਸੀਂ ਕਿਹਾ ਕਿ ਤੁਸੀਂ ਰੋਜ਼ 4 ਵਜੇ ਉੱਠਦੇ ਹੋ ਸਵੇਰੇ
ਪਰ ਆਈ ਵੁੱਡ ਲਾਈਕ ਮੈਂ 6 ਵਜੇ ਉੱਠ ਜਾਂਦੀ ਹਾਂ ਵੈਰੀ ਗੁੱਡ ਮਤਲਬ ਇਹ ਤੁਹਾਡਾ ਰੁਟੀਨ ਹੈ ਹਨਾ ਸ਼ੂਟਿੰਗ ਤੋਂ ਪਹਿਲਾਂ ਮੈਂ ਜਾਣੀ ਹੁੰਨੀ ਆ ਜਿਮ ਵੈਰੀ ਨਾਈਸ ਉਹ ਸੋ ਕਿੰਨੇ ਵਜੇ ਜਾਂਦੇ ਤੁਸੀਂ 10 ਵਜੇ ਹਾਂ 10 ਵਜੇ ਇਸ ਮਾਈ ਲੇਟੈਸਟ ਮੈਚ 6 ਘੰਟੇ ਬਹੁਤ ਹੁੰਦੇ ਆ ਹੋਰ ਕੀ ਕਰ ਲੈ ਬੰਦਾ ਸਹੀ ਆ ਅਸੀਂ 3 ਵਜੇ ਸੌਂ ਕੇ ਅਸੀਂ 7 ਵਜੇ ਉੱਠਦੇ ਸੀਗੇ ਤੇ ਕਵਾਟ ਬਹੁਤ ਸੀਗੀ ਉਹ ਜਾਣਾ ਹੁੰਦਾ ਸੀਗਾ ਅੱਧੀ ਕ੍ਰੀਏਟੀਵਿਟੀ ਅੱਧੀ ਐਕਟਿੰਗ ਤਾਂ ਮੇਰੀ ਰਾਜ ਰਹਿ ਜਾਂਦੀ ਸੀ ਅੱਧੀ ਐਕਟਿੰਗ ਮੇਰੀ ਰਾਜ ਰਹਿ ਜਾਂਦੀ ਸੀ ਹਾਂ ਗੁੜੀਆ ਵੀ ਆਇਆ ਸੋ ਹੁਣ ਤੱਕ ਕਿੰਨੀ ਕੁ ਦੇਰ ਲੱਗੀ ਭਾਜੀ ਪੂਰੀ ਮੂਵੀ ਨੂੰ ਕੰਪਲੀਟ ਕਰਨ ਦੇ ਵਿੱਚ 40 ਦਿਨ 40 ਦਿਨ ਦੇ ਵਿੱਚ ਪੂਰੀ ਮੂਵੀ ਦੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਔਰ ਕਿੱਥੇ ਕਿੱਥੇ ਸ਼ੂਟਿੰਗ ਕੀਤੀ ਹਾਂ ਪੰਜਾਬੀ ਫਿਲਮ ਦਾ ਔਰ ਕਿੱਥੇ ਕਿੱਥੇ ਸ਼ੂਟ ਕੀਤਾ ਤੁਸੀਂ ਇਹ ਚੰਡੀਗੜ੍ਹ ਦੇ ਨੀਅਰ ਬਾਈ ਬਸ ਸਰ ਓਕੇ ਚੰਡੀਗੜ੍ਹ ਤੇ ਉਹ ਲਿਡੋ ਦੱਸਿਆ ਮਿਰਜ਼ਾਪੁਰ ਉੱਥੇ ਹੋਇਆ ਤੇ ਬਾਕੀ ਮੋਹਾਲੀ ਹੋਈ ਹੈ ਫਿਲਮ ਸ਼ੂਟ ਮੋਹਾਲੀ ਉਧਰ ਐਕਮੇ ਖਰੜ ਤੇ ਬਾਕੀ ਇੱਥੇ ਇੱਕ ਦੋ ਚੀਜ਼ਾਂ ਹੋਰ ਨੇ ਹੁਣ ਜੇ ਆਡੀਅੰਸ ਜਿਵੇਂ ਹੁਣ ਇਹ ਸ਼ੋਅ ਦੇਖ ਰਹੀ ਹੈ ਤੇ ਆਡੀਅੰਸ ਨੂੰ ਜੇ ਕਹਿਣਾ ਹੋਵੇ ਕਿ ਲੌਂਗ ਇਲਾਚੀ ਦੀ ਇਹ ਸਭ ਤੋਂ ਵਧੀਆ ਚੀਜ਼ ਹੈ ਕਿ ਇਸ ਦੀ ਮਤਲਬ ਖਾਸ ਗੱਲ ਹੈ ਕਿ ਜੋ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖਣ ਨੂੰ ਮਿਲੇਗੀ ਸੋ ਕੀ ਹੋਏਗੀ ਜੋ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਇੱਕ ਤੇ ਨਵਾਂ ਹੀਰੋ ਮਿਲੂਗਾ ਪੰਜਾਬੀ ਫਿਲਮ ਇੰਡਸਟਰੀ ਨੂੰ ਤੇ ਬਹੁਤ ਹੀ ਬਾਕਮਾਲ ਘੈਂਟ ਤੇ ਮਹਿੰਗਾ ਬੜਾ ਨਾਮ ਵੀ ਮਹਿੰਗਾ ਤੇ ਬੜਾ ਮਹਿੰਗਾ ਤੇ ਵਧੀਆ ਇੱਕ ਹੀਰੋ ਮਿਲੂਗਾ ਤੇ ਬੜੀ ਕਿਊਟ ਜੀ ਤੁਹਾਨੂੰ ਇੱਕ ਫਿਲਮ ਮਿਲੂਗੀ ਲਾਸਟ ਸਟੋਰੀ ਕਾਫੀ ਟਾਈਮ ਹੈ ਕਿਉਂਕਿ ਫਿਲਮ 6-7 ਮਹੀਨੇ ਹੋ ਗਏ ਪਹਿਲਾਂ ਫਿਲਮ ਆਈਆਂ ਸੀ ਜਿੰਨੀਆਂ ਆਈਆਂ ਸੀ ਸਾਡੀਆਂ ਸਾਰੀਆਂ ਉੱਡ ਗਈਆਂ ਹੋਣ ਤੇ ਉਸ ਤੋਂ ਬਾਅਦ 'ਚ ਕਾਫੀ ਟਾਈਮ ਬਾਅਦ ਫਿਲਮ ਆ ਰਹੀ ਹੈ ਢੰਗ ਦੀ ਫਿਲਮ ਔਰ ਇਹ ਵੀ ਬਹੁਤ ਅੱਛੀ ਗੱਲ ਹੈ ਨੀਰੂ ਬਾਜਵਾ ਜੀ ਬੜੀ ਦੇਰ ਬਾਅਦ ਆ ਰਹੇ ਨੇ ਔਰ ਜੋ ਉਹਨਾਂ ਦੀ ਫੈਨ ਫੋਲੋਇੰਗ ਹੈ ਔਰ ਕਿੰਨੀਆਂ ਚੀਜ਼ਾਂ ਨਵੀਆਂ ਨੇ ਦੇਖੋ ਮੈਂ ਹੀਰੋ ਨਹੀਂਗਾ ਫਿਲਮ ਦੇ ਵਿੱਚ ਇਹ ਨਵੀਂ ਗੱਲ ਹੈ ਤੇ ਨੀਰੂ ਜੀ ਕਿੰਨੇ ਟਾਈਮ ਬਾਅਦ ਆ ਰਿਹਾ ਉਹ ਨਵੀਂ ਗੱਲ ਹੈ ਤੇ ਅੰਬਰ ਬਾਜੀ ਹੀਰੋ ਆ ਰਿਹਾ ਉਹ ਨਵੀਂ ਗੱਲ ਹੈ ਵੈਰੀ ਨਾਈਸ ਸੋ ਔਰ ਇਹ ਜਦੋਂ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ ਅਮੀ ਬਾਜੀ ਮੇਰੇ ਖਿਆਲ ਜੀ ਓਵਰਆਲ ਇੱਕ ਸਬਜੈਕਟ ਨਵਾਂ ਹੈ ਬਿਲਕੁਲ ਫਰੈਸ਼ ਸਬਜੈਕਟ ਅਸੀਂ ਕਹਿ ਸਕਦੇ ਮੈਂ ਮਤਲਬ ਕਿ ਇਹ ਜਿਹਾ ਸਬਜੈਕਟ ਇਹ ਜੀ ਟ੍ਰੀਟਮੈਂਟ ਰੋਮਾਂਸ ਨੂੰ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਨੂੰ ਅੱਜ ਤੱਕ ਨਹੀਂ ਹੋਈ ਨਵਾਂ ਇਹ ਹੈ ਵੀ ਇਹ ਪੀਰੀਅਡ ਦੇ ਵਿੱਚ ਬਿਲਕੁਲ ਫਰੈਸ਼ ਕਿ ਹਸਬੈਂਡ ਵਾਈਫ ਹੈ ਇੱਕ ਗਰੀਬ ਘਰ 'ਚ ਇੱਕ ਕੁੜੀ ਵਿਆਹ ਕੇ ਆਉਂਦੀ ਹੈ ਜਿਹੜੇ ਅਰੇਂਜ ਮੈਰਿਜ ਹੁੰਦੀਆਂ ਉੱਥੇ ਨਾ ਤੇ ਉਹ ਚਾਹ ਕਈ ਵਾਰੀ ਮੈਨੂੰ ਲੱਗਦਾ ਸੀ ਉਹਨਾਂ ਦੀ ਚਾਹ ਹੁੰਦੇ ਹੋਣਗੇ ਵੀ ਪਿਆਰ ਹੁੰਦਾ ਉਹ ਵੀ ਫਿਲਮਾਂ ਵਹਿੰਦੇ ਆ ਕਿ ਅਸੀਂ ਐਂ ਮਿਲਦੇ ਅਸੀਂ ਚਿੱਠੀ ਲਿਖਦੇ ਸੀ ਲੋਕੇ ਮਿਲਦੇ ਨਾ ਅਤੇ ਉਹ ਵਾਈਫ ਦਾ ਚਾਹ ਆ ਕਿ ਮੈਂ ਪਹਿਲਾਂ ਬਾਬਲ ਦੀ ਪੱਗ ਰੋਜ਼ ਹੁੰਦੀ ਸੀ ਅਤੇ ਮੈਂ ਉੱਥੇ ਤਾਂ ਕੀਤਾ ਨਹੀਂ ਚਾਹ ਪੂਰਾ ਅਤੇ ਮੈਨੂੰ ਸੀ ਵੀ ਜਿਹਦੇ ਨਾਲ ਵਿਆਹ ਕਰੂੰਗੀ ਨਾ ਉਹਨੇ ਚਾਹ ਪੂਰਾ ਕਰ ਲੂੰਗੀ ਸੋ ਉਹਦੇ ਕਹਿਣ 'ਤੇ ਉਹ ਇੱਕ ਆਪਸ 'ਚ ਅਜਨਬੀ ਬਣਦੇ ਆ ਉਹ ਕਿੱਦਾਂ ਫਿਰ ਉਹ ਰੋਮੈਂਸ 'ਚ ਕੀ ਪ੍ਰੋਬਲਮਸ ਆ ਜਾਂਦੀਆਂ ਕੀ ਫਨ ਹੁੰਦਾ ਕੀ ਮਜ਼ੇ ਹੁੰਦੇ ਆ ਬਹੁਤ ਮੇਰੇ ਖਿਆਲ ਭਾਅ ਜੀ ਮੈਨੂੰ ਇੱਕ ਚੀਜ਼ ਜਦੋਂ ਮੈਂ ਰਿਲਾਈਜ਼ ਕਰਦਾ ਕਿ ਜੋ ਅੱਛੇ ਅੱਛੇ ਕੌਨਸੈਪਟ ਹੈਗੇ ਨੇ ਜਾਂ ਜੋ ਇੱਕ ਪਰਿਵਾਰਿਕ ਫਿਲਮਾਂ ਰਹਿਗੀਆਂ ਨੇ ਜਾਂ ਕੁਛ ਵੀ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਇਸ ਟਾਈਮ ਔਰ ਇਹ ਸਾਡੀ ਇਸ ਇੰਡਸਟਰੀ ਦੀ ਖਾਸੀਅਤ ਹੈ ਕਿਉਂ ਭਾਜੀ ਹਾਂਜੀ ਕਿਉਂਕਿ ਹਰ ਇੱਕ ਡਿਫਰੈਂਟ ਕੌਨਸੈਪਟ ਦਿਨ ਪਰ ਦਿਨ ਆ ਰਿਹਾ ਪੰਜਾਬੀ ਫਿਲਮਾਂ ਦੇ ਵਿੱਚ ਔਰ ਲੋਕੀ ਉਸ ਨੂੰ ਪਿਆਰ ਵੀ ਦੇ ਰਹੇ ਨੇ ਲੋਕ ਕਿਤੇ ਬੈਠੇ ਬਹੁਤ ਜ਼ਿਆਦਾ ਬੈਟਰ ਹੈ ਭਾਜੀ ਕੰਮ ਕਰ ਰਹੇ ਉਹੀ ਆਪਣਾ ਸਕ੍ਰਿਪਟ ਆ ਆਪਣੀ ਪੰਜਾਬੀ ਆਪਣੇ ਆਪਣਾ ਜਿਹੜਾ ਸ਼ੂਟ ਕਰਨ ਦਾ ਤਰੀਕਾ ਵੀ ਭਾਜੀ ਵਧੀਆ ਹੋ ਗਿਆ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਤੇ ਡਾਇਲੌਗਸ ਨੇ ਜਿਹੜੇ ਸਕ੍ਰੀਨ ਪਲੇ ਨੇ ਤੇ ਫੀਲ ਹੈ ਜਿਹੜਾ ਬੇਸਿਕਲੀ ਫਿਲਮ ਦਾ ਉਹ ਬਾਲੀਵੁੱਡ ਨਾਲੋਂ ਬਹੁਤ ਜ਼ਿਆਦਾ ਬਿਲਕੁਲ ਸੋ ਇਹ ਸਾਡੀ ਖਾਸੀਅਤ ਹੈਗੀ ਹੈ ਔਰ ਇਸ ਚੀਜ਼ ਦੀ ਐਪਰੀਸ਼ੀਏਸ਼ਨ ਵੀ ਹੋਣੀ ਚਾਹੀਦੀ ਔਰ ਲੋਕੀ ਵਾਕਈ ਇਹੋ ਜਿਹੀਆਂ ਫਿਲਮਾਂ ਨੂੰ ਪਿਆਰ ਵੀ ਦੇ ਰਹੇ ਨੇ ਬਾਕੀ ਹੁਣ ਗੱਲ ਇੱਦਾਂ ਕਿ ਆਪਾਂ ਹੋਰ ਬਥੇਰੀਆਂ ਗੱਲਾਂ ਕਰਾਂਗੇ ਠੀਕ ਹੈ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਜਾ ਰਹੇ ਹਾਂ ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀ ਟੀ ਸੀ ਸ਼ੋਕੇਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਲੌਂਗ ਇਲਾਚੀ ਦੀ ਯਾਨੀ ਕਿ ਫਿਲਮ ਦੀ ਉਹਨਾਂ ਦੇ ਸਟਾਰਕਾਸਟ ਸਾਡੇ ਵਿਚਕਾਰ ਆ ਡਾਇਰੈਕਟਰ ਸਾਹਿਬ ਵੀ ਬੈਠੇ ਹੋਏ ਨੇ ਰਾਈਟਰ ਸਾਹਿਬ ਵੀ ਬੈਠੇ ਹੋਏ ਨੇ ਭਾਜੀ ਡਾਇਰੈਕਸ਼ਨ ਵੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਐਕਟਿੰਗ ਵੀ ਕਰਨੀ ਸੋ ਫਿਰ ਉਹ ਡਾਇਰੈਕਸ਼ਨ ਵਾਲੀ ਸੀਟ ਦੇ ਉੱਤੇ ਯਾਨੀ ਕਿ ਡਾਇਰੈਕਟਰ ਦੀ ਸੀਟ ਦੇ ਉੱਤੇ ਕੌਣ ਬੈਠਦਾ ਸੀਗਾ ਫਿਰ ਜਦੋਂ ਖਾਲੀ ਹੁੰਦੇ ਸੀ ਭੱਜ ਕੇ ਜਾ ਕੇ ਆਪ ਬਹਿ ਜਾਂਦੇ ਕੋਈ ਤਾਂ ਬੈਠਦਾ ਹੋਏਗਾ ਟੇਕ ਦੇਖਣ ਵਾਸਤੇ ਕੋਈ ਤਾਂ ਹੁੰਦਾ ਉਹ ਵੀ ਸੀਗਾ ਤੇ ਅਸੀਂ ਨਾ ਜੇ ਮੈਂ ਕਹਿੰਦਾ ਨਾ ਵੀ ਬਚਪਨ 'ਚ ਨਾ ਜਿਵੇਂ ਆਪਾਂ ਕ੍ਰਿਕਟ ਖੇਡਦੇ ਨਾ ਇਮੈਜੀਨੇਸ਼ਨ ਵੀ ਆਪ ਵੀ ਬਾਲ ਕੀਤੀ ਹੈਨਾ ਆਪ ਵੀ ਛੱਕਾ ਮਾਰ ਲਿਆ ਆਪ ਵੀ ਕੈਚ ਓਵਲਾ ਸੀਨ ਸੀਗਾ ਉੱਥੇ ਕਰਕੇ ਆਉਣਾ ਫਿਰ ਆਪ ਵੇਖ ਲੈਣਾ ਨਹੀਂ ਸਾਡੇ ਫਰੈਂਡ ਸੀਗੇ ਸੁਮਿਤ ਸ਼ਰਮਾ ਜੀ ਅੱਛਾ ਜੀ ਸੋ ਮੇਰੇ ਬਹੁਤ ਕਲੋਜ਼ ਫਰੈਂਡ ਆ ਔਰ ਮੈਂ ਉਹਨਾਂ ਤੋਂ ਬੜਾ ਬਿਲੀਵ ਕਰਦਾ ਕਈ ਵਾਰ ਧੋਖਾ ਵੀ ਖਾਧਾ ਸੋ ਉਹ ਵੀ ਸੀਗੇ ਨਾਲ ਮੇਰੇ ਤੇ ਕਦੀ ਹੋਇਆ ਅਮੀ ਭਾਜੀ ਬੈਠ ਗਏ ਹੁਣ ਜਾ ਕੇ ਬਿਲਕੁਲ ਉੱਥੇ ਹੁੰਦਾ ਜੀ ਉੱਥੇ ਲਿਖਿਆ ਥੋੜੀ ਹੁੰਦਾ ਸੀ ਵੀ ਡਾਇਰੈਕਟਰ ਦੀ ਕੁਰਸੀ ਹੈ ਜੀ ਜਿਹੜਾ ਮਰਜ਼ੀ ਜਿਹਦਾ ਚਾਹ ਜਿਹਦਾ ਚਾਹ ਜਿਵੇਂ ਫਿਲਮਾਂ ਕੀਤੀ ਨੇ ਸੈਟ ਤੇ ਮੈਂ ਕਦੇ ਫੀਲ ਵੀ ਨਹੀਂ ਕੀਤਾ ਜੀ ਕਦੇ ਇਸੇ ਲਈ ਮੈਨੂੰ ਬਹੁਤ ਔਖਾ ਨਹੀਂ ਹੋਇਆ ਐਕਟਿੰਗ ਕਰਨਾ ਜਾਂ ਡਾਇਰੈਕਟਰ ਹਨਾ ਪਤਾ ਨਹੀਂ ਲੱਗਦਾ ਕੌਣ ਰਾਈਟਰ ਹੈ ਕੌਣ ਡਾਇਰੈਕਟਰ ਹੈ ਕੌਣ ਐਕਟਰ ਹੈ ਸਾਰੇ ਇੱਕੋ ਹੀ ਹੁੰਦੇ ਜੀ ਨਾਈਸ ਔਰ ਇਹੀ ਚੀਜ਼ ਹੈ ਕਿਉਂਕਿ ਭਾਅ ਜੀ ਇਹ ਵੀ ਹੁੰਦਾ ਕਿ ਜਦੋਂ ਜਿਵੇਂ ਡਾਇਰੈਕਟਰ ਜਦੋਂ ਵੀ ਇੱਕ ਐਕਟਰ ਨੂੰ ਕਹਿੰਦਾ ਕਿ ਇਹ ਟੇਕ ਕਰੋ ਤਾਂ ਡਾਇਰੈਕਟਰ ਹਮੇਸ਼ਾ ਸਮਝਾਉਂਦਾ ਕਿ ਇੱਦਾਂ ਹੋਣਾ ਚਾਹੀਦਾ ਇਸ ਤਰ੍ਹਾਂ ਐਕਸਪ੍ਰੈਸ਼ਨ ਹੋਣੀ ਚਾਹੀਦੀ ਨਹੀਂ ਆ ਇਸ ਤਰ੍ਹਾਂ ਕਰਕੇ ਦਿਖਾ ਭਾਅ ਜੀ ਨੂੰ ਫਿਰ ਕਿਸੇ ਨੇ ਸਮਝਾਇਆ ਜਾਂ ਖੁਦ ਹੀ ਆਪਣੇ ਆਪ ਨੂੰ ਸਮਝਾ ਦਿੰਦੇ ਸੀ ਨਹੀਂ ਮੈਂ ਪੁੱਛ ਲੈਂਦੇ ਹੁੰਦੇ ਸੀ
ਜਿੰਨੇ ਵੀ ਏਡੀ ਸੀਗੇ ਜਾਂ ਜਿਹੜੀ ਵੀ ਟੀਮ ਸੀਗੀ ਉੱਥੇ ਸਾਰੀ। ਸਰ ਤੁਸੀਂ ਨੀਰੂ ਜੀ ਤੋਂ ਕੀ ਸਿੱਖਿਆ? ਸ਼ੀ ਇਜ਼ ਵੈਰੀ ਗੁੱਡ। ਮੈਂ ਮਤਲਬ ਉਹ ਇੱਕ ਕੰਮ ਜਿਹਾ ਹੁੰਦਾ ਨਾ ਕਿ ਬੰਦੇ ਨੂੰ ਸਿਰਫ ਕੰਮ ਨਾਲ ਹੈਗਾ, ਅਦਰਵਾਈਜ਼ ਰਿਲੈਕਸ ਹੈ। ਕੰਮ ਪ੍ਰੋਪਰ ਜਦੋਂ ਕਰਨਾ ਉਹ ਬੜਾ ਵਧੀਆ ਲੱਗਾ ਮੈਨੂੰ। ਕੰਮ ਦੀ ਕੋਈ ਟੈਨਸ਼ਨ ਨਹੀਂ, ਬਟ ਜਦੋਂ ਕਰਨਾ ਉਦੋਂ ਲੱਗਣਾ ਕਿ ਅੱਛਾ ਮਤਲਬ ਇੰਨਾ ਵਧੀਆ, ਇੰਨਾ ਪਰਫੈਕਟ, ਇੰਨਾ ਬਿਊਟੀਫੁਲ ਕਿੱਦਾਂ ਹੋ ਸਕਦਾ ਕੰਮ। ਸੋ ਉਹ ਬੜੀ ਵਧੀਆ ਗੱਲ ਹੈ ਕਿ ਕੂਲ ਰਹਿਣਾ, ਜਦੋਂ ਕੈਮਰਾ ਆਉਣਾ ਉਦੋਂ ਬਹੁਤ ਸਾਰਾ ਕੰਮ ਕਰਨਾ। ਵੈਰੀ ਨਾਈਸ, ਇਟਸ ਵੈਰੀ ਗੁੱਡ। ਸੋ ਨੀਰੂ ਜੀ, ਇਹ ਤੁਹਾਡਾ ਡ੍ਰੀਮ ਕਮ ਟਰੂ ਹੈ ਕਿਉਂਕਿ ਤੁਸੀਂ ਚਾਹੁੰਦੇ ਸੀ ਇਹਨਾਂ ਨਾਲ ਕੰਮ ਕਰਨਾ। ਸੋ ਆਫਟਰ ਫਿਨਿਸ਼ਿੰਗ ਦ ਮੂਵੀ, ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਅਮੇਜ਼ਿੰਗ ਐਕਸਪੀਰੀਅੰਸ, ਵਨ ਆਫ ਦ ਬੈਸਟ ਐਕਸਪੀਰੀਅੰਸਿਸ ਆਈਵ ਹੈਡ। ਐਕਚੁਅਲੀ ਪਹਿਲੀ ਵਾਰ ਮੈਨੂੰ ਲੱਗਿਆ ਕਿ ਕਿਸੇ ਨੇ ਮੈਨੂੰ ਡਾਇਰੈਕਟ ਕੀਤਾ। ਓਕੇ, ਹਾਂ, ਕਿਉਂਕਿ ਤੁਸੀਂ ਕਹਿ ਰਹੇ ਸੀ ਨਾ ਕਿ ਡਾਇਰੈਕਟਰ ਆਈ ਸਮਝਾਉਂਦਾ, ਉਹ ਆ ਕਹਿੰਦਾ ਆਹ ਟੋਨ ਰੱਖੋ, ਜਾਂ ਮੈਨੂੰ ਕਦੀ ਕਿਸੇ ਨੇ ਕੁਛ ਦੱਸਿਆ ਨਹੀਂ। ਜੋ ਵੀ ਮੈਂ ਕਰਦੀ ਸੀ ਤੇ ਵੀ ਲਾਈਕ ਹਾਂਜੀ ਠੀਕ ਹੈ, ਵਨ ਮੋਰ ਦੇ ਦੋ, ਪੁੱਛਿਆ ਜਾਵੇ ਕਿ ਵਨ ਮੋਰ ਕਿਉਂ, ਇੱਕ ਹੋਰ ਵਨ ਮੋਰ। ਬਹੁਤ ਵਧੀਆ ਗੱਲ ਔਰ ਬਹੁਤ ਵਧੀਆ ਗੱਲ ਕੀ ਹੈ ਨੀਰੂ ਜੀ ਨੇ, ਸ਼ਾਇਦ ਇਹ ਛੋਟੀ ਗੱਲ ਹੈ ਬਟ ਜੋ ਇੱਕ ਐਕਟਰ ਹੈ, ਜੋ ਇੱਕ ਪਰਫਾਰਮਰ ਹੈ, ਉਸ ਦੇ ਲਈ ਬਹੁਤ ਵੱਡੀ ਗੱਲ ਹੈ ਭਾਜੀ, ਬਹੁਤ ਵੱਡਾ ਕੰਪਲੀਮੈਂਟ ਹੈ ਤੁਹਾਡੇ ਵਾਸਤੇ, ਕਿਉਂਕਿ ਇੰਨਾ ਕੰਮ ਉਹਨਾਂ ਨੇ ਕੀਤਾ। ਹੀ ਟੁੱਕ ਇਟ ਆਊਟ ਆਫ ਮੀ, ਹੀ ਮੇਡ ਮੀ ਪਰਫਾਰਮ। ਐਕਚੁਅਲੀ ਫਿਲਮ, ਮੈਨੂੰ ਇਹ ਲੱਗਦਾ ਕਿ ਯੂਐਸਪੀ ਉਹੀ ਗੱਲ ਹੈ, ਐਮੀ ਵਾਲੀ ਬਹੁਤ ਯੂਐਸਪੀ ਹੈ। ਇੱਕ ਇਹ ਵੀ ਯੂਐਸਪੀ ਹੈ ਕਿ ਨੀਰੂ ਬਾਜਵਾ ਨੇ ਆਪਣੀ ਮਤਲਬ ਕਿੱਦਾਂ ਦਾ ਕੰਮ ਕੀਤਾ, ਮਤਲਬ ਕਮਾਲ ਦਾ ਪਰਫਾਰਮੈਂਸ ਹੈ ਜੀ, ਸ਼ਾਇਦ ਪੰਜਾਬੀ ਇੰਡਸਟਰੀ 'ਚ ਇੱਦਾਂ ਦੀ ਪਰਫਾਰਮੈਂਸ ਨਹੀਂ ਹੋਈ। ਔਰ ਖੁਦ ਇਹ ਚੀਜ਼ ਕਹਿ ਰਹੇ ਨੇ ਤਾਂ ਸ਼ਾਇਦ ਉਹ ਦੇਖਣ ਨੂੰ ਮਿਲੇਗੀ, ਕਿਉਂਕਿ ਮੈਂ ਬਿਲੀਵ ਕਰਦਾ ਹਾਂ ਐਮੀ ਭਾਜੀ, ਤੁਸੀਂ ਵੀ ਇੰਨਾ ਕੰਮ ਕੀਤਾ ਕਿ ਇੱਕ ਡਾਇਰੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਐਕਟਰ ਦੀ ਐਕਟਿੰਗ ਦੇ ਵਿੱਚ। ਔਰ ਇਹਨਾਂ ਨੇ ਜਿਵੇਂ ਕਿਹਾ ਕਿ ਉੱਥੇ ਸਾਹਮਣੇ ਬੈਠਾ ਬੰਦਾ, ਸਾਹਮਣੇ ਕੁਰਸੀ ਤੇ ਬੈਠਾ, ਉਹਨੂੰ ਕੁਝ ਹੋਰ ਲੱਗਦਾ ਹੁੰਦਾ, ਆਪਣੇ ਆਪ ਨੂੰ ਲੱਗੀ ਜਾਂਦਾ। ਕਈ ਦਿਨ ਆਪਾਂ ਫੋਟੋ ਖਿੱਚ ਲੈਂਦੇ ਹਾਂ, ਫੋਰ ਐਗਜ਼ਾਮਪਲ ਕੈਮਰੇ ਤੇ ਸੈਲਫੀ ਆਪਾਂ ਫੋਟੋ ਖਿੱਚ ਲਈ, ਆਪਾਂ ਨੂੰ ਬਹੁਤ ਵਧੀਆ ਲੱਗਦੀ ਹੁੰਦੀ ਆ, ਪਰ ਲੋਕ ਕਹਿੰਦੇ ਕੀ ਕਰੀ ਜਾਂਦਾ ਹਨਾ। ਤੇ ਆਪਣੀ ਕੋਈ ਫੋਟੋ ਹੁੰਦੀ ਆ ਬਹੁਤ ਮਾੜੀ, ਮੈਂ ਐਕਸਪੀਰੀਅੰਸ ਮੈਂ ਪਾ ਕੇ ਵੇਖ ਦਿੰਦਾ, ਬਹੁਤ ਮਾੜੀ ਫੋਟੋ ਪਾ ਕੇ ਵੇਖ ਤੀ, ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ। ਉਦਾਂ ਹੀ ਤੁਹਾਨੂੰ ਆਪਣੇ ਆਪ ਦਾ ਨਹੀਂ ਪਤਾ ਹੁੰਦਾ, ਤੁਸੀਂ ਕੀ ਕਰਦੇ ਪਏ ਹੋ ਕਿ ਨਹੀਂ ਕਰਦੇ ਪਏ, ਤੇ ਉਹ ਤੁਹਾਨੂੰ ਡਾਇਰੈਕਟਰ ਨੇ ਦੱਸੂਗਾ ਸਾਹਮਣੇ, ਜਿਹਨੇ ਲਿਖਿਆ ਹੈ ਜਾਂ ਕਿਸ ਫੀਲ ਨਾਲ ਲਿਖਿਆ ਉਹਨੇ, ਉਦਾਂ ਕਰੋ ਤਾਂ ਜ਼ਿਆਦਾ ਬੈਟਰ। ਕਿਆ ਬਾਤ ਹੈ। ਅੱਛਾ ਭਾਜੀ, ਹੁਣ ਮੇਰੇ ਕੋਲ ਨਾ ਇੱਕ ਸਲੇਟ ਤੇ ਚੌਕ ਹੈ, ਹਨਾ, ਛੋਟੇ ਹੁੰਦੇ ਬੜੀ ਯੂਜ਼ ਕੀਤੀ ਹੈ ਹਨਾ ਸਲੇਟ ਜੀ। ਮੈਂ ਸੋਚ ਰਿਹਾ ਸੀਗਾ ਕਿ ਲੌਂਗ ਲੈਚੀ ਦੀ ਪਿਕਚਰ ਬਣਾਉਣਗੇ ਇਹਦੇ ਉੱਤੇ, ਠੀਕ ਹੈ ਜੀ, ਲਾਈਚੀ ਇਹ ਨਹੀਂ ਕਿ ਲਾਈਚੀ ਦੀ ਬਣਾਉਣਗੇ, ਆਈ ਮੀਨ ਨੀਰੂ ਬਾਜਵਾ ਜੀ ਤੁਸੀਂ ਆਪਣੇ ਅੰਦਾਜ਼ ਦੇ ਵਿੱਚ। ਨੀਰੂ ਜੀ, ਤੁਸੀਂ ਨੀਰੂ ਬਾਜਵਾ ਜੀ ਜਾਂ ਫਿਰ ਅੰਬਰ ਬਾਜੀ, ਠੀਕ ਹੈ, ਸ਼ੁਰੂਆਤ ਭਾਜੀ ਤੁਹਾਡੇ ਤੋਂ ਕਰੀਏ, ਠੀਕ ਹੈ, ਰਾਈਟ, ਤੁਸੀਂ ਹੁਣ ਨੀਰੂ ਬਾਜਵਾ ਜੀ ਦੀ, ਨੀਰੂ ਜੀ ਤੁਸੀਂ ਹਲੇ ਦੇਖਣਾ ਨੀ, ਜਿਵੇਂ ਬਣਾਉਂਦੇ ਨੇ ਉਹਨਾਂ ਨੂੰ ਬਣਾ ਲੈਂਦੋ, ਠੀਕ ਹੈ, ਫਿਰ ਉਸ ਤੋਂ ਐਕਸਪਲੇਨੇਸ਼ਨ ਲਵਾਂਗੇ ਇਹਨਾਂ ਤੋਂ। ਮੈਨੂੰ ਭਾਜੀ ਭੁਲੇਖਾ ਪੈ ਗਿਆ, ਮੈਂ ਕਿਹਾ ਕਛੂਆ ਬਣਾਇਆ ਬੜੀ ਖੁੰਦਕ ਕੱਢੀ ਜਾ ਰਹੀ ਲੱਗਦਾ। ਅੱਛਾ, ਇਹ ਤੁਸੀਂ ਦੋਨੇ ਬਣਾਤੀ? ਓਕੇ, ਇਹ ਇਹ ਮੈਂ ਸਮਝ ਗਿਆ, ਇਹ ਭਾਜੀ ਨੇ ਐਮੀ ਭਾਜੀ, ਇੱਧਰ ਭਾਜੀ ਅੰਬਰ ਭਾਜੀ, ਮੈਨੂੰ ਲੱਗਾ ਆਪਣੀ ਬਣਾਈ ਇੱਧਰ। ਦੇਖੋ ਨੀਰੂ ਜੀ ਨੇ ਪੂਰਾ ਮਤਲਬ ਤਰੀਕੇ ਨਾਲ ਗੱਲ ਸੰਭਾਲ ਲਈ, ਉਹਨਾਂ ਨੇ ਕਿਹਾ ਜੀ ਇੱਕ ਦੀ ਮੈਂ ਫੋਟੋ ਬਣਾਉਂਗੀ ਤਾਂ ਦੂਜਾ ਨਾਰਾਜ਼ ਹੋ ਸਕਦਾ, ਇਸੇ ਕਰਕੇ ਦੋਨਾਂ ਦੀ ਪੱਗ ਬੰਨਣ ਜਿਹੜਾ ਤੁਸੀਂ ਅੱਧਾ ਸਕਿੰਟ ਲਾਇਆ ਨਾ, ਸਾਨੂੰ ਜਿਹੜਾ ਵਕਤ ਪੈਂਦਾ ਦਾਦਾ 12-12 ਮਿੰਟ ਲਾਈਦੇ ਸੀ। ਐ ਮੰਤੀ ਆ ਜਾ ਮੇਰੇ ਐਮੀ ਭਾਜੀ, ਜਿਹੜੇ ਹੇਅਰ ਸਟੇਟ ਕੀਤੇ ਮੇਰੇ, ਲਓ ਜੀ ਮੈਂ ਕਰਦਾ ਮਹੀਨਾ ਕਰੀ ਤੱਕਲੇ ਵਰਗੇ ਹੇਅਰ। ਭਾਜੀ ਨੀਰੂ ਜੀ ਦੀ ਬਣਾ ਰਹੇ ਹੋ ਤੁਸੀਂ? ਹਾਂਜੀ ਤਾਂ ਬਣਾਉਂਗਾ। ਕਿਆ ਬਾਤ ਹੈ ਭਾਜੀ, ਲਓ ਜੀ ਹੁਣ ਆਪਾਂ ਦੇਖਾਂਗੇ। ਓਏ ਹੋਏ 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 ਹੋਏ, ਵੈਰੀ ਨਾਈਸ ਨੀਰੂ ਜੀ, ਦੇਖੋ ਤੁਹਾਨੂੰ ਪਸੰਦ ਆ ਆਪਣੀ ਪਿਕਚਰ? ਮੂੰਹ ਤੇ ਕੋਈ ਰਹਿਦਾ ਨਹੀਂ ਗਿਆ। ਓ ਵੈਰੀ ਨਾਈਸ, ਮੂੰਹ ਤੇ ਕੋਈ ਅੰਗਾ ਰਹਿਦਾ ਨਹੀਂ ਗਿਆ, ਕੁਝ ਨੱਕ ਅੱਖਾਂ ਉਹ ਡੇਲੇ ਰਹਿ ਗਏ ਯਾਰ, ਡੇਲੇ ਨਹੀਂ, ਇਹ ਅੱਖਾਂ ਬੰਦ ਨਹੀਂ ਮੇਰੇ ਖਿਆਲ ਨਾਲ, ਸੁੱਤੇ ਹੋਣੇ ਸੁੱਤੇ ਨੇ। ਲਓ ਜੀ ਫਿਰ ਜ਼ੋਰਦਾਰ ਤਾੜੀਆਂ ਤਾੜੀਆਂ ਮਾਰਦੇ ਕੁਝ ਵਾਸਤੇ, ਵੈਰੀ ਨਾਈਸ ਜੀ, ਥੈਂਕ ਯੂ ਸੋ ਮਚ ਭਾਜੀ।
ਹੁਣ ਆਪਾਂ ਇੱਥੇ ਹੀ ਇਸ ਸ਼ੋਅ ਦੀ ਸਮਾਪਤੀ ਕਰਦੇ ਹਾਂ, ਠੀਕ ਹੈ ਜੀ। ਸੋ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਲੌਂਗ ਲਾਚੀ ਦੇ ਬਾਰੇ? ਭਾਅ ਜੀ, ਸਾਰਿਆਂ ਨੂੰ ਬੇਨਤੀ ਹੈ, ਬੜੀ ਕਿਊਟ ਜੀ ਫਿਲਮ ਹੈ ਜੀ, ਅਤੇ ਬੜੇ ਨਵੇਂ ਤਰੀਕੇ ਦੀ, ਨਵੇਕਲੇ ਤਰੀਕੇ ਦੀ ਫਿਲਮ ਹੈ। ਤੁਸੀਂ ਪਰਿਵਾਰਾਂ ਨਾਲ ਜਾਓ ਫਿਲਮ ਦੇਖਣ, ਅਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ ਫਿਲਮ। ਜਿਵੇਂ ਇੱਕ ਅੰਗਰੇਜ਼ ਫਿਲਮ ਸੀਗੀ ਜਦੋਂ ਉਹਨੇ ਇੱਕ ਟਰੈਂਜਾ ਚੇਂਜ ਕੀਤਾ ਸੀ ਸਾਰੀਆਂ ਫਿਲਮਾਂ ਦਾ, ਕਿਉਂਕਿ ਉਦੋਂ ਪਹਿਲਾਂ ਵੀ ਬਹੁਤ ਜ਼ਿਆਦਾ ਵਧੀਆ ਫਿਲਮਾਂ ਆਈਆਂ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਸਭ ਤੋਂ ਵਧੀਆ ਫਿਲਮਾਂ ਸਾਡੀਆਂ, ਅਤੇ ਉਹ ਫਿਲਮ ਨੇ ਇੱਕ ਟਰੈਂਡ ਜਿਹਾ ਚੇਂਜ ਕੀਤਾ ਸੀ। ਅਸੀਂ ਉਮੀਦ ਕਰਦੇ ਹਾਂ ਵੀ ਇਹ ਲੌਂਗ ਲਾਚੀ ਫਿਲਮ ਹੈ ਜਿਹੜੀ, ਇਹ ਇੱਕ ਇੱਕ ਨਵੇਂ ਤਰੀਕੇ ਨਾਲ ਇਸ ਤੋਂ ਬਾਅਦ ਫਿਲਮਾਂ ਬਣਨੀਆਂ ਸ਼ੁਰੂ ਹੋਣਗੀਆਂ। ਵੈਰੀ, ਅਤੇ ਮੇਰਾ ਇੱਕ ਇਹੋ ਮੈਸੇਜ ਹੈ ਵੀ ਤੁਸੀਂ ਫੈਮਲੀਜ਼ ਦੇ ਨਾਲ ਜਾਓ, ਫਿਲਮ ਤੁਹਾਨੂੰ ਵਧੀਆ ਲੱਗੂਗੀ। ਨੀਰੂ ਜੀ, ਆਪਣੇ ਅੰਦਾਜ਼ ਦੇ ਵਿੱਚ? ਜੀ, ਪਲੀਜ਼ ਸਾਰੇ ਫੈਮਲੀਜ਼ ਨਾਲ ਜਾਇਓ ਫਿਲਮ ਦੇਖਣ, ਐਂਡ ਬਹੁਤ ਅੱਛੀ ਫਿਲਮ ਬਣੀ ਹੈ, ਇਟਸ ਫੁੱਲ ਆਫ ਐਂਟਰਟੇਨਮੈਂਟ, ਐਂਡ ਬੋਟਮ ਲਾਈਨ ਇਜ਼ ਕਿ ਅੱਛੀ ਫਿਲਮ ਹੈ, ਇਟਸ ਅ ਗੁੱਡ ਗੁੱਡ ਫਿਲਮ, ਸੋ ਪਲੀਜ਼ ਗੋ ਵਾਚ ਇਟ। ਐਂਡ ਅੰਬਰ ਬਾਜੀ ਇਜ਼ ਡੂਇੰਗ ਡੈਬਿਊ। ਬਾਜੀ ਫਿਰ ਲੈ ਜਾਓਗੇ ਅਵਾਰਡ ਅਗਲੇ ਸਾਲ? 300% ਮੈਂ ਹੁਣ ਲਿਖ ਕੇ ਦੇ ਦਿੰਦਾ, ਹੁਣ 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 ਦੇ ਦਿੰਦਾ ਡੈਬਿਊ, ਤਾਂ ਤਾਂ ਮਿਲੂ। ਵੈਰੀ ਗੁੱਡ ਬਾਜੀ, ਦੱਸੋ ਜੀ ਸਰ। ਬਹੁਤ ਮਿਹਨਤ ਕਰ ਰਹੇ ਜੀ, ਸੋ ਸਭ ਤੁਹਾਡੇ ਵਾਸਤੇ ਕਿ ਤੁਸੀਂ ਜੋ ਪਿਆਰ ਕਰਦੇ ਹੋ, ਤੁਸੀਂ ਕਿਤੇ ਇਹ ਨਾ ਕਿ ਸਾਡੇ ਨੇ ਸਾਨੂੰ ਚੀਟ ਕਰ ਲਿਆ ਜਾਂ ਸਾਡੇ ਨਾਲ ਸਾਨੂੰ ਵਧੀਆ ਫਿਲਮ ਨਹੀਂ ਦਿੱਤੀ, ਇਹ ਨਾ ਲੱਗੇ। ਸੋ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਜਾਂਦਾ। ਸੋ ਇਸ ਵਾਰ ਫਿਰ ਇੱਕ ਨਵੀਂ ਫਿਲਮ ਹੈ, ਬਿਲਕੁਲ ਫਰੈਸ਼, ਤੁਹਾਨੂੰ ਆਪਣੇ ਸਿਨੇਮੇ 'ਤੇ ਵੀ ਮਾਣ ਹੋ ਸਕਦਾ ਇਸ ਫਿਲਮ ਨਾਲ, ਇੰਨੀ ਖੂਬਸੂਰਤ ਫਿਲਮ। ਕੀ ਬਾਤ ਹੈ, ਔਰ ਇਹੋ ਜਿਹੇ ਰਾਈਟਰਸ ਦੀ, ਇਹੋ ਜਿਹੇ ਡਾਇਰੈਕਟਰਸ ਦੀ ਬਹੁਤ ਜ਼ਰੂਰਤ ਹੈ ਸਾਡੀ ਪੰਜਾਬੀ ਇੰਡਸਟਰੀ ਨੂੰ। ਆਲਰੇਡੀ ਇਹ ਹੋ ਵੀ ਰਿਹਾ ਕੰਮ, ਔਰ ਸਾਨੂੰ ਮਾਣ ਹੈ ਕਿ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ, ਔਰ ਲੋਕ ਇਹਨਾਂ ਫਿਲਮਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਦੇ ਰਹੇ ਨੇ। ਸੋ ਵੰਸ ਅਗੇਨ PTC ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਬੈਸਟ ਵਿਸ਼ਿਜ਼। ਅਸੀਂ ਇਹੀ ਦੁਆ ਕਰਦੇ ਹਾਂ ਕਿ ਫਿਲਮ ਚੱਕਦੇ 9 ਮਾਰਚ ਨੂੰ ਆ ਰਹੀ, ਉਹ ਸਾਰਿਆਂ ਨੂੰ ਪਤਾ, ਉਹ ਕਹਿਣ ਦੀ ਲੋੜ ਨਹੀਂ ਜੀ, 9 ਮਾਰਚ ਤਾਂ ਵੈਸੇ ਹੀ ਰੱਟੀ ਹੋਈ ਹੈ। ਸੋ ਬੈਸਟ ਵਿਸ਼ਿਜ਼ ਵੰਸ ਅਗੇਨ, ਥੈਂਕ ਯੂ ਸੋ ਮਚ ਅਮੀ ਭਾਜੀ, ਨੀਰੂ ਜੀ, ਅੰਬਰ ਜੀ, ਤੁਸੀਂ ਸ਼ੋਅ ਦੇ ਵਿੱਚ ਆਏ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।